वेलकम बैक, मैं मनवीर कौर। तुसी वेख रहे हो साडा सैटरडे दा खास प्रोग्राम जिहदे विच रणजीत सिंह कुकी गिल हुणी हुंदे ने साडे नाल। अज दे इस प्रोग्राम दे विच पंजाब नूं लै के बहुत गल्लां ने। अज दे प्रोग्राम दे विच जो रीसेंट घटना वापरी पंजाब च, प्लस नाल ही 1984 दे उस सिख विरोधी जिहड़ा कतलेआम सी उहदे ते गल्लां, और नाल ही ब्राज़ील दे विच लैफ्ट विंग दी सरकार दा आउणा, उत्थों दे प्रेजिडेंट दा दोबारा चुने जाना जिहड़े एक लैफ्ट दी आइडियोलॉजी दे नाल संबंधित उन्होंने पहला भी अपने काम कीते सी। सो इस वार्तालाप नूं अगे वधाउण तों पहलां मैं स्वागत करदी हां रणजीत सिंह कुकी गिल होणा दा। थैंक यू सो मच सर फॉर ज्वाइनिंग अस। थैंक यू सो मच, इट्स गुड टू बी विद यू। जी सर, पंजाब दे हालातां नूं बैटर डिस्क्राइब करना होवे ਤਾਂ ਸੁਰਜੀਤ ਪਾਤਰ ਜੀ ਦੀਆਂ ਉਹ ਸਤਰਾਂ ਜਿਹਦੇ ਵਿੱਚ ਉਹ ਕਹਿੰਦੇ ਨੇ ਕਿ ਸ਼ੂਕ ਰਹੇ ਜੰਗਲਾਂ ਨੂੰ ਕੀਕਣ ਚੁੱਪ ਕਰਾਵਾਂ ਮੈਂ, ਕੱਲੇ ਕੱਲੇ ਰੁੱਖ ਨੂੰ ਜਾ ਕੇ ਕੀ ਸਮਝਾਵਾਂ ਮੈਂ ਉਹ ਜੰਗਲ। ਉਹਦੇ 'ਚ ਉਹ ਕਹਿੰਦੇ ਨੇ ਵੀ ਉਹ ਜੰਗਲ ਜਿਹੜੇ ਹਰ ਆਫਤ ਨੂੰ ਚੱਲਦੇ ਰਹੇ, ਅੱਜ ਉਸ ਜੰਗਲ ਵਿੱਚ ਲੱਗੀ ਅੱਗ, ਤਾਂ ਕਿਸ ਨੂੰ ਜ਼ਿੰਮੇਵਾਰ ਠਹਿਰਾਵਾਂ ਮੈਂ। ਪੰਜਾਬ ਦੇ ਵਿੱਚ ਫਿਰਕੂ ਰੰਗਤ ਵਾਲੀਆਂ ਬਹੁਤ ਜਥੇਬੰਦੀਆਂ, ਦਰਜਨਾਂ ਜਥੇਬੰਦੀਆਂ ਨੇ। ਉਹ ਜਥੇਬੰਦੀਆਂ ਹੀ ਜਿਹੜੀ ਨਫ਼ਰਤ ਆ ਉਹ ਬੀਜਦੀਆਂ ਨੇ, ਉਸ ਨਫ਼ਰਤ ਨੂੰ ਕੱਟਦੀਆਂ ਵੀ ਨੇ, ਉਹਦੇ 'ਚੋਂ ਫਾਇਦਾ ਖੱਟਦੀਆਂ ਨੇ। ਆਪਣੇ ਪੰਜਾਬ ਦੇ ਵਿੱਚ ਇੱਕ ਹਿੰਦੂ ਲੀਡਰ ਦਾ ਅੰਮ੍ਰਿਤਸਰ ਦੇ ਵਿੱਚ ਦਿਨ ਦਿਹਾੜੇ ਪੁਲਿਸ ਦੀ ਮੌਜੂਦਗੀ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ। ਇਸ ਤੋਂ ਬਾਅਦ ਕਈ ਤਰ੍ਹਾਂ ਦੇ ਪ੍ਰਵਚਨ ਜਿਹੜੇ ਆ ਆਈ ਕੈਨ ਸੇ ਮਾਰਕੀਟ ਦੇ ਵਿੱਚ ਹੈਗੇ ਨੇ, ਪੰਜਾਬ ਦੇ ਵਿੱਚ ਫੈਲੇ ਹੋਏ ਨੇ। ਇਨਫੈਕਟ ਮੈਂ ਕਈ ਗਰੁੱਪਸ ਦੇ ਵਿੱਚ ਦੇਖ ਰਹੀ ਸੀ ਜਿਹੜੇ ਗਰੁੱਪ ਬਾਹਰ ਬੈਠੇ ਹੋਏ, ਵਿਦੇਸ਼ਾਂ 'ਚ ਬੈਠੇ ਹੋਏ, ਸਿੱਖਾਂ ਦੇ ਨਾਲ ਔਰ ਹਿੰਦੂਆਂ ਨਾਲ ਜੁੜੇ ਹੋਏ ਨੇ। ਉਹਦੇ ਵਿੱਚ ਕਈ ਤਰ੍ਹਾਂ ਦੇ ਅਲੱਗ ਅਲੱਗ ਨੈਰੇਟਿਵਸ ਜਿਹੜੇ ਆ ਉਹ ਦਿਖਣ ਨੂੰ ਮਿਲੇ ਨੇ। ਸੋ ਇੱਕ ਤਰ੍ਹਾਂ ਦੇ ਨਾਲ ਫਿਰਕੂ ਰੰਗਤ ਜਿਹੜੀ ਆ ਉਹ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਇਸ ਪੂਰੇ ਵਰਤਾਰੇ ਨੂੰ ਜੋ ਅੰਮ੍ਰਿਤਸਰ 'ਚ ਵਾਪਰਿਆ, ਔਰ ਉਸ ਤੋਂ ਬਾਅਦ ਦੇ ਰਿਐਕਸ਼ਨਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਸਰ? ਇਸ ਟਾਈਮ ਤੋਂ ਪਹਿਲੇ ਤਾਂ ਬੜੀ ਅਨਫੋਰਚੁਨੇਟ ਇੰਸੀਡੈਂਟ ਹੋਇਆ ਕੱਲ੍ਹ। ਬੜੇ ਲੰਮੇ ਚਿਰ ਬਾਅਦ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਆਪਾਂ ਨੂੰ ਲੱਗਿਆ ਕਿ ਸ਼ਾਇਦ ਕਿਤੇ ਲਾਟਾਂ ਦੁਆਰਾਂ ਤਾਂ ਨਹੀਂ ਬੁਣਨੀਆਂ, ਮਤਲਬ ਕਿ ਲਾਟਾਂ ਦੁਆਰਾਂ ਤਾਂ ਨਹੀਂ ਉੱਭਰ ਰਹੀਆਂ। ਇਹਦੇ ਬਾਰੇ ਅਹਿਮਦ ਜ਼ਫਰ ਨੇ ਬੜੀ ਸੋਹਣੀਆਂ ਲਾਈਨਾਂ ਲਿਖੀਆਂ ਨੇ, ਜਿਸ ਦਾ ਮੈਨੂੰ ਹੈਗਾ ਕਿ ਇਹ ਢੁਕਵੀਆਂ ਨੇ ਜੋ ਹੁਣ ਵਰਤਾਰਾ ਹੋ ਰਿਹਾ। ਕੌਣ ਡੂਬੇਗਾ ਕਿਸੇ ਪਾਰ ਉਤਰਨਾ ਹੈ ਜਾਫਰ, ਕੌਣ ਡੂਬੇਗਾ ਕਿਸੇ ਪਾਰ ਉਤਰਨਾ ਹੈ ਜਾਫਰ, ਫੈਸਲਾ ਵਕਤ ਕੇ ਦਰਿਆ ਮੇਂ ਉਤਰ ਕਰ ਹੋਗਾ, ਫੈਸਲਾ ਵਕਤ ਕੇ ਦਰਿਆ ਮੇਂ ਉਤਰ ਕਰ ਹੋਗਾ। ਇਸ ਤਰ੍ਹਾਂ ਦਾ ਜਿਹੜਾ ਮਾਹੌਲ ਹੈਗਾ ਪੰਜਾਬ ਦੇ ਵਿੱਚ ਪਿਛਲੇ ਕੁਛ ਹਫ਼ਤਿਆਂ ਤੋਂ ਰਿਐਕਸ਼ਨਰੀ ਪੋਲੀਟਿਕਸ ਮਤਲਬ ਕਿ ਦੁਬਾਰਾ ਆਪਣਾ ਸਿਰ ਚੱਕ ਰਹੀ ਹੈ ਪੰਜਾਬ 'ਚ, ਉਹਨੂੰ ਕਿਸੇ ਨਾ ਕਿਸੇ ਐਂਗਲ ਤੋਂ ਉਭਾਰਿਆ ਜਾ ਰਿਹਾ। ਜਿਹੜੇ ਸੁਦੀਰ ਸੂਰੀ ਦਾ ਕੱਲ ਕਤਲ ਹੋਇਆ ਹੈਗਾ ਦਿਨ ਦਿਹਾੜੇ ਅੰਮ੍ਰਿਤਸਰ ਦੇ ਵਿੱਚ, ਉਹ ਇੱਕ ਫੈਕਸ਼ਨ ਦੇ ਸ਼ਿਵ ਸੈਨਾ ਦੇ ਹੈੱਡ ਨੇ ਪੰਜਾਬ 'ਚ। ਇੱਦਾਂ ਦੀਆਂ ਅਰਾਊਂਡ 15 ਜਿਹੜੀਆਂ ਨੇ ਹਿੰਦੂ ਆਊਟਫਿਟਸ ਨੇ ਪੰਜਾਬ ਦੇ ਵਿੱਚ, ਜਿਵੇਂ ਆਪਾਂ ਬਜਰੰਗ ਦਲ ਦਾ ਦੂਜੇ ਸੂਬਿਆਂ 'ਚ ਦੇਖਦੇ ਹਾਂ, ਉਸ ਤਰ੍ਹਾਂ ਦੀਆਂ ਸ਼ਾਖਾਵਾਂ ਨੇ। ਇਹਨਾਂ ਨੂੰ ਸਟੇਟ ਨੇ ਬੜਾ ਬੁਰੀ ਤਰ੍ਹਾਂ ਪ੍ਰੋਟੈਕਟ ਕੀਤਾ ਹੋਇਆ, ਇਹਨਾਂ ਨੂੰ ਲੋੜ ਤੋਂ ਵੱਧ ਸਿਕਿਉਰਿਟੀ ਦਿੱਤੀ ਹੋਈ ਆ, ਜਿਹੜੀ ਕਿ ਬਹੁਤ ਵਾਰੀ ਦੇਖਣ ਨੂੰ ਆਇਆ ਕਿ ਮਿਸਯੂਜ਼ ਕੀਤੀ ਜਾ ਰਹੀ ਹੈ। ਹੁਣ ਕੱਲ੍ਹ ਵੀ ਉਹਦੇ ਨਾਲ 15 ਦੇ ਕਰੀਬ ਗਨਮੈਨ ਸੀਗੇ, ਕਿੰਨੀ ਪੁਲਿਸ ਉੱਥੇ ਖੜੀ ਸੀ, ਉਸ ਦੇ ਬਾਵਜੂਦ ਉਸਦਾ ਕਤਲ ਹੋ ਜਾਂਦਾ। ਠੀਕ ਆ, ਉਹ ਰਿਐਕਸ਼ਨਰੀ ਥੋਟ ਦਾ ਮਾਲਕ ਸੀਗਾ, ਰਿਐਕਸ਼ਨਰੀ ਉਹ ਗੱਲਾਂ ਕਰਦਾ ਰਿਹਾ, ਚਾਹੇ ਉਹ ਕਿਸਾਨ ਮੋਰਚੇ ਵੇਲੇ ਸੀਗਾ, ਚਾਹੇ ਉਸ ਤੋਂ ਬਾਅਦ ਅੱਡ ਅੱਡ ਇਸ਼ੂਜ਼ 'ਤੇ, ਉਹਨਾਂ ਦਾ ਨਜ਼ਰੀਆ ਹਮੇਸ਼ਾ ਮਤਲਬ ਕਿ ਰਿਐਕਸ਼ਨਰੀ ਰਿਹਾ, ਵੀ ਚੱਕਲਾ ਕਰਾਉਣ ਦੇ ਵਿਪਰੀਤ ਵਿੱਚ ਉਹ ਉਹਨਾਂ ਨੇ ਆਪਣੀ ਸਿਆਸਤ ਬੁਣੀ ਹੋਈ ਸੀ। ਵੈਸੇ ਉਹਨਾਂ ਦਾ ਕੋਈ ਲੋਕਲ ਪੋਲੀਟਿਕਸ 'ਚ ਜਾਂ ਸਟੇਟ ਪੋਲੀਟਿਕਸ ਦੇ ਵਿੱਚ, ਈਵਨ ਉੱਥੋਂ ਦੀ ਕਾਰਪੋਰੇਸ਼ਨ ਦੀ ਪੋਲੀਟਿਕਸ 'ਚ ਉਹਨਾਂ ਦਾ ਕੋਈ ਕਿਸੇ ਤਰ੍ਹਾਂ ਦੀ ਕੋਈ ਪਛਾਣ ਨਹੀਂ ਹੈ। ਸਿਰਫ ਉਹਨਾਂ ਦੀ ਪਛਾਣ ਉਹਨਾਂ ਦੀਆਂ ਰਿਐਕਸ਼ਨਰੀ ਥੋਟਸ ਕਰਕੇ ਸੀ, ਪਰ ਆਈ ਸਟਿਲ ਸੇ ਕਿ ਬੜਾ ਅਨਫਾਰਚੁਨੇਟ ਹੋਇਆ, ਜੋ ਨਹੀਂ ਸੀ ਹੋਣਾ ਚਾਹੀਦਾ। ਉਹ ਕੱਲ੍ਹ ਵੀ ਜਿਸ ਵਿਵਾਦ ਦੇ ਮੰਦਰ ਦੇ ਗਏ ਸੀ ਉਹ ਸਮਥਿੰਗ ਟੂ ਡੂ ਵਿਦ ਗਾਰਬੇਜ ਸੀਗਾ, ਜਿਹੜਾ ਬਾਹਰ ਕੂੜਾ ਪਿਆ ਸੀ ਮੰਦਰ ਦੇ, ਉਹਦੇ ਬਾਰੇ ਉਹ ਕੁਛ ਇਸ਼ੂਸ ਉਠਾ ਰਹੇ ਸੀ। ਉਸ ਤੋਂ ਬਾਅਦ ਉਹਨਾਂ ਨੇ ਧਰਨਾ ਲਾਇਆ, ਅਤੇ ਉਸ ਦੌਰਾਨ ਹੀ ਤਕਰਾਰ ਦੇ ਦੌਰਾਨ ਹੀ ਇੰਨੀ ਹੈਵੀ ਪੁਲਿਸ ਫੋਰਸ ਦੇ ਬਾਵਜੂਦ ਉਹਨਾਂ ਨੂੰ 5 ਗੋਲੀਆਂ ਮਾਰੀਆਂ, ਉਹਨਾਂ ਦੀ ਤਕਰੀਬਨ ਮੌਕੇ 'ਤੇ ਹੀ ਡੈਥ ਹੋ ਗਈ ਸੀ। ਉਸ ਤੋਂ ਬਾਅਦ ਜਿੱਦਾਂ ਦੀ ਰਿਐਕਸ਼ਨਰੀ ਨੈਰੇਟਿਵਸ ਉਹਨਾਂ ਦੇ ਪਰਿਵਾਰ ਵੱਲੋਂ, ਉਹਨਾਂ ਦੇ ਬੇਟੇ ਵੱਲੋਂ ਅਤੇ ਹੋਰ ਜਿਹੜੇ ਉਹਨਾਂ ਨਾਲ ਸੰਬੰਧਿਤ ਲੋਕ ਨੇ, ਉਹਨਾਂ ਨੇ ਬਹੁਤ ਹੀ ਐਕਸਟ੍ਰੀਮ ਭਾਸ਼ਾ ਦਾ ਇਸਤੇਮਾਲ ਕੀਤਾ ਹੈਗਾ, ਕਿਉਂਕਿ ਆਹ ਜਿਹੜਾ ਹਫ਼ਤਾ ਹੈਗਾ
ਇਹ ਸਿੱਖ ਕੌਮ ਲਈ ਬੜਾ ਦੁਖਦਾਈ ਹਫ਼ਤਾ, ਕਿਉਂਕਿ ਇਸ ਹਫ਼ਤੇ ਦੇ ਦਿਨਾਂ ਦੇ ਦੌਰਾਨ ਸਾਡੇ ਨਾਲ ਬਹੁਤ ਵੱਡਾ ਕਹਿਰ ਵਾਪਰਿਆ ਸੀ ਸਾਡੀ ਸਿੱਖ ਕੌਮ ਨਾਲ। ਉਦੋਂ ਵੀ ਰਿਐਕਸ਼ਨਰੀ ਪੋਲੀਟਿਕਸ ਜਿਹੜੀਆਂ ਉਸ ਟਾਈਮ 'ਤੇ ਉੱਥੋਂ ਉਸ ਟਾਈਮ ਦੀ ਇੰਡੀਅਨ ਸਟੇਟ ਨੇ ਬੁਣਨੀਆਂ ਚਾਹੀਆਂ ਸੀ, ਉਹਦਾ ਇੱਕ ਜਿੰਦੀ ਜਾਗਦੀ ਮਿਸਾਲ ਸੀ। ਇਹ ਜੋ ਕੰਮ ਹੈਗਾ ਇਹ ਮੇਰਾ ਖਿਆਲ ਪੰਜਾਬ ਵਿੱਚ ਸਟੇਟ ਗਵਰਨਮੈਂਟ ਨੂੰ ਰੈਦਰ ਦੈਨ ਕਿ ਗੁਜਰਾਤ 'ਚ ਤੁਰੇ ਫਿਰਨ ਨਾਲੋਂ ਉਹਨਾਂ ਨੂੰ ਚੀਫ ਮਿਨਿਸਟਰ ਪੰਜਾਬ ਭਗਵੰਤ ਮਾਨ ਨੂੰ ਆਪ ਸਿਚੁਏਸ਼ਨ ਦਾ ਜਾਇਜ਼ਾ ਲੈਣਾ ਚਾਹੀਦਾ ਅਤੇ ਲੋਕਾਂ ਨੂੰ ਅਸ਼ੋਰ ਕਰਨਾ ਚਾਹੀਦਾ ਕਿ ਮੈਂ ਇਸ ਤਰ੍ਹਾਂ ਦੀਆਂ ਜਿਹੜੀਆਂ ਰਿਐਕਸ਼ਨਰੀ ਫੋਰਸਿਸ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਕਾਮ ਡਾਊਨ ਕਰਨਾ। ਜੀ ਸਰ, ਜੀ ਸਰ, ਪੁਲਿਸ ਵੱਲੋਂ ਹਜੇ ਇਨਵੈਸਟੀਗੇਸ਼ਨ ਕੀਤੀ ਜਾਏਗੀ ਔਰ ਜੋ ਵੀ ਤੱਥ ਹੋਣਗੇ ਉਹ ਆਪਾਂ ਇਸ ਚੈਨਲ 'ਤੇ ਲੈ ਕੇ ਆਵਾਂਗੇ। ਸਰ, 1984 ਦੇ ਨਵੰਬਰ ਦਾ ਪਹਿਲਾ ਹਫ਼ਤਾ, ਉਹਦਾ ਜ਼ਿਕਰ ਤੁਸੀਂ ਕਰ ਵੀ ਦਿੱਤਾ ਹੈ, ਔਰ ਤੁਹਾਡੀ ਜ਼ਿੰਦਗੀ ਦੇ ਨਾਲ ਪਰਸਨਲੀ ਤੁਹਾਡੇ ਨਾਲ ਬਹੁਤ ਕਲੋਜ਼ਲੀ ਜੁੜਿਆ ਹੋਇਆ ਹੈ ਇਹ ਹਫ਼ਤਾ। ਇਸ ਦੇ ਵਿੱਚ ਜੋ ਦਿੱਲੀ ਸਿੱਖ ਕਤਲੇਆਮ ਹੋਇਆ ਉਹਨੂੰ ਕਈ ਨਾਵਾਂ ਨਾਲ ਪੁਕਾਰਿਆ ਜਾਂਦਾ ਹੈ, ਪਰ ਉਹਦੇ 'ਚ ਇੱਕ ਚੀਜ਼ ਜੋ ਕਲੀਅਰ ਹੋਈ ਆਪਾਂ ਨੂੰ ਇਹ ਹੋਈ ਕਿ ਸਟੇਟ ਵੱਲੋਂ ਔਰਗੇਨਾਈਜ਼ ਕੀਤਾ ਗਿਆ ਸੀ ਇਹ ਕਤਲੇਆਮ। ਵੱਡੀ ਭੂਮਿਕਾ ਸਟੇਟ ਨੇ ਨਿਭਾਈ, ਸਟੇਟ ਦੀ ਮਸ਼ੀਨਰੀ ਨੇ ਨਿਭਾਈ। ਮੈਂ ਇੱਕ ਵਾਰ ਤੁਹਾਨੂੰ ਚਾਹਾਂਗੀ ਕਿ ਤੁਸੀਂ ਆਪਣੇ ਵਿਚਾਰ ਸ਼ੇਅਰ ਕਰੋ ਵੀ ਅੱਜ 38 ਈਅਰਸ ਤੋਂ ਬਾਅਦ ਵੀ ਤੁਸੀਂ ਕੀ ਸੋਚਦੇ ਹੋ, ਕੋਈ ਇਨਸਾਫ਼ ਤੁਹਾਨੂੰ ਲੱਗਦਾ ਮਿਲਿਆ, ਤੁਹਾਨੂੰ ਲੱਗਦਾ ਟਰੁੱਥ ਕਮਿਸ਼ਨ ਕਿਵੇਂ ਕੰਮ ਕਰ ਸਕਦਾ ਆ, ਬਣਨਾ ਚਾਹੀਦਾ ਆ, ਕੀ ਉਮੀਦ ਹੈ ਸਰਕਾਰਾਂ ਤੋਂ? ਜਾਂ ਫਿਰ ਇੱਕ ਚੀਜ਼ ਜੋ ਮੈਂ ਖਾਸ ਤੌਰ 'ਤੇ ਜਾਣਨੀ ਚਾਹਾਂਗੀ ਸਰ, ਕਿ ਅਕਾਲੀ ਦਲ ਦੀ ਭੂਮਿਕਾ, ਅਕਾਲੀ ਦਲ ਸਿੱਖਾਂ ਦੀ ਪਾਰਟੀ, ਪੰਥਕ ਪਾਰਟੀ, ਉਹਦੀ ਭੂਮਿਕਾ ਕੀ ਰਹੀ 84 ਦਾ ਇਨਸਾਫ ਦਿਵਾਉਣ ਦੇ ਲਈ, 84 ਦੇ ਸਿੱਖ ਕਤਲੇਆਮ ਦੇ ਇਨਸਾਫ ਲਈ? ਸਰ, ਜਿਹੜਾ ਨਾ 1984 ਦੀ ਪੀੜ ਆ ਸਿੱਖ ਕਾਰਨੇਜ ਹੋਇਆ ਨਵੰਬਰ ਦੇ ਵਿੱਚ, ਉਹਦੇ ਬਾਰੇ ਇਹ ਹੁਣ ਇੱਕ ਚਿੱਠੀ ਲਿਖੀ ਸੀਗੀ BJP ਦੇ ਮੇਨ ਲੀਡਰ ਆਰ ਪੀ ਸਿੰਘ ਨੇ ਟੂ ਇੰਡੀਅਨ ਹੋਮ ਮਿਨਿਸਟਰ। ਉਹਦੇ 'ਚ ਉਹਨਾਂ ਨੇ ਮੰਗ ਕੀਤੀ ਹੈਗੀ ਆ ਕਿ ਟਰੁੱਥ ਐਂਡ ਰੀਕਨਸੀਲੀਏਸ਼ਨ ਕਮਿਸ਼ਨ ਬਣੇ ਤਾਂ ਕਿ ਜਿਹੜਾ ਉਸ ਦੌਰ ਦਾ ਸੱਚ ਆ ਉਹ ਲੋਕਾਂ ਦੇ ਸਾਹਮਣੇ ਆਉਣਾ ਚਾਹੀਦਾ। ਮੈਂ ਕਹਿੰਦਾ ਬਹੁਤ ਚੰਗਾ ਸਟੈਪ ਆ, ਭਾਵੇਂ ਦੇਰ ਨਾਲ ਚੱਕਿਆ ਹੋਇਆ, ਜੇ ਇੰਡੀਅਨ ਸਟੇਟ ਚਾਹੇ ਤਾਂ ਇਹ ਸੱਚ ਬਾਹਰ ਆ ਸਕਦਾ। ਭਾਵੇਂ ਇਸ ਸੱਚ ਨੂੰ ਜਾਣਨ ਲਈ 4 ਕਮਿਸ਼ਨਸ ਬਣੇ, ਕਿੰਨੀਆਂ ਇਨਕੁਆਇਰੀ ਕਮੇਟੀਸ ਬੈਠੀਆਂ, ਪਰ ਇਹ ਸਾਰੇ ਕਾਸੇ ਦਾ ਜੋ ਆਧਾਰ ਆ ਇਹ ਜਦੋਂ ਇਸ ਦਾ ਜਿਹੜਾ ਪੜਦਾ ਸੀਗਾ ਇਹਦੇ 'ਤੇ ਚੱਕਿਆ ਕਿੰਨਾ ਨੇ, ਜਸਟਿਸ ਤਾਰਕੁੰਡੇ, ਜਸਟਿਸ ਰਜਿੰਦਰ ਸੱਚਰ ਅਤੇ ਹੋਰ ਐਮੀਨੈਂਟ ਪਰਸਨੈਲਿਟੀਜ਼ ਲਾਈਕ ਗੌਤਮ ਨਵਲਖਾ, ਤਜਿੰਦਰ ਹੂਜਾ, ਇਹਨਾਂ ਨੇ ਰਲ ਕੇ ਆਫਟਰ ਫਿਊ ਡੇਜ਼ ਆਫ ਦੈਟ ਸੇ ਕਾਰਨੇਜ ਉਹਨਾਂ ਨੇ ਇੱਕ ਬੁੱਕਲੈਟ ਲਿਆਂਦੀ ਸੀ ਹੂ ਆਰ ਦਾ ਗਿਲਟ, ਜਿਹੜੀ ਕਿ ਬਾਅਦ 'ਚ ਇੰਡੀਅਨ ਗੌਰਮੈਂਟ ਨੇ ਬੈਨ ਕਰਤੀ ਸੀ। ਹਜੇ ਤੱਕ ਉਹ ਬੈਨ ਆ, ਪਰ ਉਹਦੀਆਂ ਕਾਪੀਸ ਬਾਹਰ ਆ ਗਈਆਂ ਸੀਗੀਆਂ ਜਿਹੜੀਆਂ ਅੱਜ ਵੀ ਆਪਣੇ ਆਲੇ ਦੁਆਲੇ ਘੁੰਮਦੀਆਂ ਨੇ। ਉਹਨਾਂ ਨੇ ਬੜੀ ਡਿਟੇਲਡ ਰਿਪੋਰਟ ਛਾਪੀ ਸੀ। ਮੇਰਾ ਖਿਆਲ ਸਰ ਆਰ ਪੀ ਸਿੰਘ ਨੂੰ ਚਿੱਠੀ ਲਿਖਣ ਤੋਂ ਪਹਿਲੇ ਉਹ ਪੜ੍ਹ ਲੈਣੀ ਚਾਹੀਦੀ ਹੈ, ਕਿਉਂਕਿ ਉਹਦੇ 'ਚ ਬਰੀਕੀ ਦਰ ਬਰੀਕੀ ਬੰਦਿਆਂ ਦੀਆਂ ਸਾਰੀਆਂ ਦੱਸਿਆ ਗਿਆ ਸੀ, ਸਾਰੇ ਇੰਸੀਡੈਂਟਸ ਦਾ ਬੜਾ ਬਰੀਫਲੀ ਬਟ ਵਿਦ ਫੈਕਟਸ ਉਹਨੂੰ ਦਰਸਾਇਆ ਗਿਆ ਸੀ। ਜਿਹੜੀ ਕਿ ਰਿਪੋਰਟ ਨੇ ਇਹ ਦੱਸਿਆ ਸੀਗਾ ਕਿ ਇਹ ਇਕੱਲੇ ਕਾਂਗਰਸ ਭਾਵੇਂ ਪਾਰਟੀ ਦੀ ਇਹ ਸੋਚ ਸੀ, ਪਰ ਇਹਦੇ ਵਿੱਚ ਦੂਜੀਆਂ ਧਿਰਾਂ ਦੇ ਲੋਕ ਵੀ ਜੁੜੇ ਹੋਏ ਸੀ ਜਿਹੜੇ ਉਸ ਮੌਬ ਦਾ ਹਿੱਸਾ ਬਣੇ ਜਿਨ੍ਹਾਂ ਦੇ ਰਾਹੀਂ ਸਿੱਖ ਕਾਰਨੇਜ ਹੋਇਆ। ਇਸ ਬਾਰੇ ਲੰਮਾ ਚਿਰ ਸਿੱਖਾਂ ਦੇ ਵਿੱਚ ਪੀੜ ਸੀਗੀ, ਅੱਜ ਵੀ ਹੈਗੀ ਆ, ਇਹ ਸਦੀਆਂ ਤੱਕ ਰਹਿਣੀ ਵੀ ਆ, ਕਿਉਂਕਿ ਜਿਸ ਚੀਜ਼ ਦਾ ਇਨਸਾਫ਼ ਨਾ ਮਿਲੇ ਉਹ ਦਰਦ ਜਿਹੜੇ ਨੇ ਹਮੇਸ਼ਾ ਆਪਣੇ ਨਾਲ ਚੱਲਦੇ ਰਹਿੰਦੇ ਨੇ। ਬੜੀ ਕੋਸ਼ਿਸ਼ ਕੀਤੀ ਆ, ਪਰ ਇਹਦੇ ਵਿੱਚ ਮੈਂ ਇਹ ਵੀ ਕਹਿਣਾ ਚਾਹੂੰਗਾ ਜਦਕਿ ਮੈਂ ਉਸ ਰਿਪੋਰਟ 'ਤੇ ਆਵਾਂ ਕਿ ਜਿਸ ਤਰ੍ਹਾਂ ਦਾ ਰੋਲ ਸ਼੍ਰੋਮਣੀ ਅਕਾਲੀ ਦਲ ਦਾ ਰਿਹਾ ਓਵਰ ਦਾ ਈਅਰਸ ਇਨ 38 ਈਅਰਸ 97 ਤੋਂ ਬਾਅਦ, ਇਨਫੈਕਟ 1996 ਦੀਆਂ ਪਾਰਲੀਮੈਂਟਰੀ ਇਲੈਕਸ਼ਨਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਲੰਮਾ ਚਿਰ ਪੰਜਾਬ ਦੀ ਸੀਨ 'ਤੇ ਪਾਵਰ 'ਚ ਰਹੇ ਨੇ। ਇਹਨਾਂ ਦੀ ਭਾਈਵਾਲ ਸਰਕਾਰ ਭਾਰਤੀ ਜਨਤਾ ਪਾਰਟੀ ਜਿਹਦੇ ਨਾਲ ਆਪਣੇ ਆਪ ਨੂੰ 9 ਮਾਸ ਦਾ ਰਿਸ਼ਤਾ ਦੱਸਦੇ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਉਹਨਾਂ ਨਾਲ ਇਹਨਾਂ ਦੀ ਮਤਲਬ ਕਿ ਸਾਂਝ ਰਹੀ ਆ। ਪਰ ਉਸ ਦੇ ਬਾਵਜੂਦ ਵੀ ਜੇ ਇਹ ਜਿਸ ਤਰ੍ਹਾਂ ਦਾ ਨੈਰੇਟਿਵ ਸਟੇਟ ਤੋਂ ਚਾਹੁੰਦੇ ਸੀ ਇਨਸਾਫ ਦਾ, ਉਸ 'ਤੇ ਲੈਣ ਦੇ ਵਿੱਚ ਇਹ ਨਾਕਾਮਯਾਬ ਰਹੇ ਆ। ਜਾਂ ਤਾਂ ਇਹਨਾਂ ਦੀ ਮਨਸ਼ਾ ਨਹੀਂ ਸੀ ਉਸ ਬਾਰੇ, ਹੁਣ ਵੀ ਤੁਸੀਂ ਇਸ ਵੀਕ ਦਾ ਝਾਕ ਕੇ ਦੇਖ ਲਓ ਵੀ ਐਡਾ ਵੱਡਾ ਦਖਾਂਤ ਹੋਇਆ, ਉਹ ਆਪਾਂ ਨਗਰ ਕੀਰਤਨ ਕੱਢਦੇ ਫਿਰਦੇ ਹਾਂ, ਕਿੰਨੇ ਕਿੰਨੇ ਆਪਾਂ ਫੁੱਲਾਂ ਦੇ ਨਾਲ, ਕਰੋੜਾਂ ਦੇ ਫੁੱਲਾਂ ਨਾਲ ਗੁਰਪੁਰਬ ਵੇਲੇ ਆਪਾਂ ਦਰਬਾਰ ਸਾਹਿਬ ਨੂੰ ਸਜਾ ਦਿੰਦੇ ਹਾਂ,
पर की इस दर्द बारे एक भी किसी पंथक धिर ने कोई पबलिक जलसा किया हो जिदे सोग सोग वजो यह दिन मनाया गया ता कि जिहड़ियां आने वाली पीढ़ियां ने उन्हां नूं पता तो लगे स्टेट नूं भी यह मतलब कि मैसेज आए कि अज भी सिखां विच किन्नी डूंगी पीड़ महसूस आ पर यह फेलीअर ऑफ सिख लीडरशिप आ कि असी ओवर द ईयरस कदी कोई भरमा इकट्ठ नहीं कर सके जिदे राही असी अपनी पीड़ दुनिया नूं दस सकीए ना आपां अज तक इंटरनेशनल क्रिमिनल कोर्ट विच पहुँच सके जिथे जाके असी दुनिया के पद्धर से असी जो इत्थे क्राइम्स अगेंस्ट ह्यूमैनिटी होए ने उन्हां नूं आपां उजागर कर सकीए। तामिल्स दे नाल 2008 दे विच कतलेआम होया 40,000 दे करीब कहिंदे वी तामिल मारे उत्थों दी श्रीलंकन स्टेट ने उहदा इंसाफ उह लैंदे लैंदे इंटरनेशनल क्रिमिनल कोर्ट तक गए उन्हां दी उत्थे सुनवाई हुई वा उत्थे उन्हां दे ट्रिब्यूनल ने फिर इंडाइटमेंट्स जारी कीतियां जिदे विच उन्हां ने उत्थों दी स्टेट दे हैड ते नाले जिहड़े आर्मी जनरल सीगे जिहड़े कि डायरैक्टली रिस्पोंसिबल सी तामलां दी कारनेज लई उन्हां नूं कटहरे च लिआंदा। ठीक आ हजे आर्म ऑफ लॉ उन्हां तक पहुंची नहीं कि उन्हां नूं अरैसट कीता जावे ते उन्हां ते ट्रायल चलाया जावे पर उह जदों भी अपने मुल्क चों बाहर किते निकलणगे तां उन्हां नूं अरैसट कीता जा सकदा। पर इह चीज़ जिहड़ी सी इह श्रोमणी अकाली दल दी जिम्मेवारी सी श्रोमणी गुरद्वारा प्रबंधक कमेटी की जिम्मेवारी सी क्योंकि उही दो जमातां ने जिहड़ियां अपने आप नूं सिख कौम दा दसदे ने कि असी मेन प्रतिनिधि असी उन्हां दे कोर रैप्रजेंटेटिव्स हां पर यह चीज़ां जिहड़ियां सीगियां इह इस तरह व्याख्या कीती जांदी आ कि जिस तरह इन्हां ने यह दर्द तां चलदे तां जरूर रखे सीन ते हमेशा रहे पर इन्हां नूं किसे प्रैगमैटिक मैनर नाल इन्हां नूं किसे आपां सोल्यूशन वल लैके नहीं जा सकते। जे सिख कौम हुण इकट्ठ करदी इहदा जरूर मैसेज जाणा सीगा कांग्रेस पार्टी ऑफ इंडिया नूं जे उन्हां नूं माड़ा मोटा भी सिख कौम दा दर्द हुंदा जां अहसास हुंदा कि उन्हां दी पार्टी दे वेले उन्हां दी गवर्नमेंट वेले एडा वड्डा सिख कारनेज होया तां अज आपां जे 2-3 दिन पहले देख लीए तां जदों इन्हां दे नवें प्रेजिडेंट दी स्वेरिंग इन सैरमनी हो रही सी ਤਾਂ ਉੱਥੇ ਇੱਕ ਚਿਹਰਾ ਉਹ ਵੀ ਬੈਠਾ ਸੀ ਜਿਸ ਚਿਹਰੇ ਦੇ ਰਾਹੀਂ ਇਹਨਾਂ ਨੇ ਸਿੱਖ ਕਾਰਨੇਜ ਇਸ ਪਾਰਟੀ ਨੇ ਕਰਵਾਇਆ। ਸੋਨੀਆ ਗਾਂਧੀ ਵੀ ਉੱਥੇ ਬੈਠੀ ਸੀ ਪਰ ਇਹੋ ਬੇਖੌਫ ਹੋ ਕੇ ਬੈਠੀ ਸੀ ਕਿ ਉਹਨਾਂ ਨੂੰ ਕੋਈ ਉਸ ਦਰਦ ਦਾ ਅਹਿਸਾਸ ਨਹੀਂ ਕਿ ਕ੍ਰਾਈਮਸ ਅਗੇਂਸਟ ਜਿਹੜੇ ਹਿਊਮੈਨਿਟੀ ਹੋਏ ਨੇ ਉਹਨਾਂ ਦੀ ਉਹਨਾਂ ਨੂੰ ਭੋਰਾ ਵੀ ਕੋਈ ਸ਼ੇਮ ਹੋਵੇ ਜਾਂ ਕੋਈ ਉਸ ਬਾਰੇ ਸੈਡਨੈਸ ਹੋਵੇ। ਅਹਿਸਾਸ ਤਾਂ ਬਹੁਤ ਦੂਰ ਦੀ ਗੱਲ। ਇਸੇ ਤਰ੍ਹਾਂ ਪੰਜਾਬ ਦੀ ਕਾਂਗਰਸ ਦੀ ਜਿਹੜੀ ਲੀਡਰਸ਼ਿਪ ਆ ਇਹ ਮੈਨੂੰ ਇਹ ਮਤਲਬ ਕਿ ਇਹਨਾਂ 'ਤੇ ਕੁਸ਼ਚਨ ਕਰਨਾ ਬਣਦਾ ਕਿ ਇਹ ਕਿਸ ਆਧਾਰ 'ਤੇ ਆ ਕੇ ਲੋਕਾਂ ਤੋਂ ਫਤਵਾ ਮੰਗਦੇ ਨੇ ਪੰਜਾਬ 'ਚ ਜਿੱਥੇ ਕਿ ਸਿੱਖ ਬਹੁਤ ਗਿਣਤੀ 'ਚ ਨੇ। ਪਰ ਲੋਕਾਂ ਦੀ ਜੋ ਹੈਗਾ ਇਹਨਾਂ ਨੇ ਬੁੱਲੇ ਸ਼ਾਹ ਦੀਆਂ ਉਹ ਸਥਰਾਂ ਨਹੀਂ ਪੜ੍ਹੀਆਂ ਕਿ ਪੜ੍ਹੀ ਨਮਾਜ਼ ਅਤੇ ਨਿਆਜ਼ ਨਾ ਸਿੱਖਿਆ ਤੇਰੀਆਂ ਕਿਸ ਕੰਮ ਪੜ੍ਹੀਆਂ ਨਮਾਜ਼ਾਂ ਪੜ੍ਹਿਆ ਇਲਮ ਅਤੇ ਅਮਲ ਨਾ ਕੀਤਾ ਤੇਰੀਆਂ ਕਿਸ ਕੰਮ ਪੜ੍ਹੀਆਂ ਕਿਤਾਬਾਂ ਨਾ ਘਰ ਡਿੱਠਾ ਨਾ ਘਰ ਵਾਲਾ ਡਿੱਠਾ ਤੇਰੀਆਂ ਕਿਸ ਕੰਮ ਦਿੱਤੀਆਂ ਆਵਾਜ਼ਾਂ ਬੁੱਲੇ ਸ਼ਾਹ ਪਤਾ ਤਦ ਲੱਗ ਸੀ ਜਦ ਚਿੜੀ ਫਸੀ ਹੱਥ ਬਾਜਾਂ। ਜਿਹੜੀ ਸਾਡੀ ਚਿੜੀ ਸਾਡੀ ਦਰਦ ਇਹਨਾਂ ਵੱਡੇ ਮਗਰਮੱਛਾਂ ਦੇ ਵਿੱਚ ਫਸੀ ਹੋਈ ਆ ਉਹਦੇ ਬਾਰੇ ਅਸੀਂ ਅੱਜ ਤੱਕ ਪੋਲੀਟੀਕਲ ਲੀਡਰਸ਼ਿਪ ਦੀ ਅਟਰ ਫੇਲੀਅਰ ਆ ਕਿ ਅਸੀਂ ਇਹਦਾ ਕੋਈ ਇਨਸਾਫ ਨਹੀਂ ਲੈ ਸਕਦੇ ਕਿਉਂਕਿ ਇਹਨਾਂ ਨੇ ਇੰਡੀਵਿਜੂਅਲਸ ਦੀ ਸਿਆਸਤ ਖੇਡੀ ਆ ਆਪਣੇ ਪਰਿਵਾਰਾਂ ਨੂੰ ਤਕੜੇ ਕੀਤਾ ਹੈਗਾ ਸਿੱਖ ਕੌਮ ਨੂੰ ਕਮਜ਼ੋਰ ਕੀਤਾ। ਇਸ ਚੀਜ਼ ਦਾ ਜਿਹੜਾ ਸੀਗਾ ਇਹਨਾਂ ਨੂੰ ਕਲੈਕਟਿਵਲੀ ਮੈਂ 2013 ਵਿੱਚ ਸੁਖਬੀਰ ਬਾਦਲ ਅੱਗੇ ਵਿਦ ਫੈਕਟਸ ਗੱਲ ਰੱਖੀ ਸੀ ਕਿ ਆਪਾਂ ਕਲੈਕਟਿਵਲੀ ਜਿਹੜੀ ਕਾਂਗਰਸ ਪਾਰਟੀ ਦੀ ਥੋਟ ਆ ਜਿੱਥੋਂ ਇਹ ਓਰੀਜਨ ਹੋਇਆ ਕਿ ਆਪਾਂ ਇਸ ਤਰ੍ਹਾਂ ਦਾ ਸਿੱਖ ਕਾਰਨੇਜ ਕਰਨਾ ਉਸ ਚੀਜ਼ ਨੂੰ ਆਪਾਂ ਨੂੰ ਜੜੋਂ ਪੱਟਣਾ ਚਾਹੀਦਾ ਸੀ ਤਾਂ ਕਿ ਉਸ ਲਈ ਸੁਪਰੀਮ ਕੋਰਟ ਤੋਂ ਕੋਈ ਆਪਾਂ ਸਟ੍ਰਿਕਚਰਸ ਲੈਂਦੇ ਕੋਈ ਗਾਈਡਲਾਈਨਸ ਲੈਂਦੇ ਕਿ ਅੱਗੇ ਤੋਂ ਕਾਂਗਰਸ ਪਾਰਟੀ ਨੂੰ ਜਦ ਤੱਕ ਉਹ ਪੂਰੀ ਤਰ੍ਹਾਂ ਅਹਿਸਾਸ ਨਹੀਂ ਕਰ ਲੈਂਦੇ ਉਹਨਾਂ ਨੂੰ ਇੰਡੀਅਨ ਇਲੈਕਸ਼ਨਸ ਦੇ ਵਿੱਚ ਪਾਰਟੀਸਪੇਟ ਹੀ ਨਹੀਂ ਸੀ ਕਰ ਦੇਣਾ ਚਾਹੀਦਾ। ਇੰਡੀਆ ਜਦ ਦਾ ਆਜ਼ਾਦ ਹੋਇਆ ਸੋ ਕਾਲਡ ਆਜ਼ਾਦੀ ਜਿਹੜੀ ਮਿਲੀ ਆ ਉਸ ਦੇ ਦੌਰਾਨ 30,000 ਪਲੱਸ ਇਸ ਤਰ੍ਹਾਂ ਦੀਆਂ ਵੱਖ ਵੱਖ ਕਿਸਮ ਦੀਆਂ ਕਾਰਨੇਜ ਹੋਈਆਂ ਨੇ। ਅੱਡ ਅੱਡ ਕਮਿਊਨਿਟੀਜ਼ ਨੂੰ ਟਾਰਗੇਟ ਕੀਤਾ ਗਿਆ ਜਿਹੜਾ ਕਿ ਸਾਰਿਆਂ ਨਾਲ ਰੀਸੈਂਟ
ਆਪਾਂ ਫੈਬਰਰੀ 2020 'ਚ ਦੇਖਿਆ ਉਹ ਦਿੱਲੀ ਦੀਆਂ ਬੂਹਾਂ 'ਤੇ। ਇਹ ਚੀਜ਼ਾਂ ਦਾ ਇਨਸਾਫ ਲੈਣ ਲਈ ਆਪਾਂ ਨੂੰ ਉਸ ਤਰ੍ਹਾਂ ਦੀ ਲੀਡਰਸ਼ਿਪ ਬੁਣਨੀ ਚਾਹੀਦੀ ਆ ਜਿਹੜੀ ਕਿ ਭਾਵੇਂ 38 ਸਾਲ ਹੋ ਗਏ ਪਰ ਅੱਜ ਵੀ ਸਮਾਂ ਕਿ ਆਪਾਂ ਇਸ ਚੀਜ਼ ਦਾ ਕਟਹਿਰੇ 'ਚ ਲਿਆਈਏ। ਮੇਰਾ ਖਿਆਲ ਤਾਂ ਜਿਹੜੇ ਐਕਟਿੰਗ ਜਥੇਦਾਰ ਨੇ ਅਕਾਲ ਤਖਤ ਸਾਹਿਬ ਦੇ ਉਹਨਾਂ ਨੂੰ ਇਹਨਾਂ ਦਿਨਾਂ ਦੇ ਵਿੱਚ ਇੱਕ ਦਿਨ ਚੁਣ ਕੇ ਪੰਥਕ ਇਕੱਠ ਸੱਦਣਾ ਚਾਹੀਦਾ ਸੀ ਜਿਹਦੇ ਵਿੱਚ ਉਹ ਹਮੈਨਿਟੀ ਨੂੰ ਵੀ ਸੱਦਾ ਦਿੰਦੇ ਕਿ ਬਾਕੀ ਵਰਗਾਂ ਦੇ ਲੋਕ ਵੀ ਸਾਡੇ ਦੁੱਖ ਵਿੱਚ ਸ਼ਾਮਿਲ ਹੋਣ ਤਾਂ ਕਿ ਅਸੀਂ ਇੱਕ ਭਰਮੀ ਆਵਾਜ਼ ਨਾਲ ਇੰਡੀਅਨ ਸਟੇਟ ਨੂੰ ਇਹਨਾਂ ਨੂੰ ਉਹਨਾਂ ਨੂੰ ਆਪਾਂ ਜੋ ਉਹਨਾਂ ਦੇ ਕੰਨ ਜਿਹੜੇ ਬੋਲੇ ਹੋ ਚੁੱਕੇ ਆ ਉਹਨਾਂ ਤੱਕ ਆਵਾਜ਼ ਪਹੁੰਚਾ ਸਕੀਏ ਅਤੇ ਕੋਈ ਆਪਾਂ ਇਨਸਾਫ ਲੈ ਸਕੀਏ। ਅਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਸੈਕਟੇਰੀਅਨ ਥੋਟਸ ਵਾਲੀਆਂ ਕਾਂਗਰਸ ਪਾਰਟੀਜ਼ ਨੇ ਇਹਨਾਂ ਨੂੰ ਇਲੈਕਸ਼ਨ ਪ੍ਰੋਸੈਸ ਵਿੱਚੋਂ ਬਾਹਰ ਕਰਾਉਣਾ ਚਾਹੀਦਾ। ਜੀ ਸਰ, ਜੀ ਸਰ, ਅਗਰ ਟਰੁੱਥ ਕਮਿਸ਼ਨ ਵਾਲੀ ਗੱਲ ਨੂੰ ਅੱਗੇ ਵਧਾਉਂਦੀ ਹੈ ਬੀਜੇਪੀ ਸਰਕਾਰ ਤਾਂ ਤੁਹਾਨੂੰ ਕੀ ਲੱਗਦਾ ਹੈ? ਪਹਿਲੀ ਗੱਲ ਤਾਂ ਇਹ ਪੋਸੀਬਿਲਿਟੀ ਨੂੰ ਖੰਗਾਲਣ ਦੀ ਜ਼ਰੂਰਤ ਹੈ ਕਿ ਬੀਜੇਪੀ ਇਸ ਸੁਝਾਅ ਨੂੰ ਲਏਗੀ ਕਿਵੇਂ ਕਿ ਕੀ ਉਹ ਟਰੁੱਥ ਕਮਿਸ਼ਨ ਬਣਾਉਣਗੇ, ਕਿਉਂਕਿ ਫਿਰ ਦੰਗੇ ਤਾਂ ਦੇਸ਼ ਦੇ ਵਿੱਚ ਹੋਰ ਬਹੁਤ ਥਾਵਾਂ 'ਤੇ ਹੋਏ ਨੇ। ਔਰ ਦੂਸਰੀ ਗੱਲ ਸਰ, ਅਗਰ ਟਰੁੱਥ ਕਮਿਸ਼ਨ ਬਣਦਾ ਵੀ ਹੈ ਬੀਜੇਪੀ ਸਰਕਾਰ ਵੱਲੋਂ, ਤੁਹਾਨੂੰ ਕਿਵੇਂ ਲੱਗਦਾ ਕਿ ਉਹ ਇਹਨੂੰ ਕਿਵੇਂ ਪੋਲੀਟੀਕਲੀ ਕੀ ਉਹ ਵਰਤ ਸਕਦੇ ਨੇ ਸਿਰਫ ਆਪਣਾ ਵਿਰੋਧ ਦੀ ਖਾਤਰ, ਵਿਰੋਧ ਕਰਨ ਦੇ ਲਈ ਕਾਂਗਰਸ ਦਾ, ਕਿ ਉਹਦੇ ਵਿੱਚ ਸਿੱਖ ਸੈਂਟੀਮੈਂਟ ਜਿਹੜੇ ਆ, ਸਿੱਖ ਕਮਿਊਨਿਟੀ ਦੇ ਜਿਹੜੇ ਦਰਦ ਆ, ਉਹਨਾਂ ਨੂੰ ਹੀਲ ਕਰਨ ਦੀ ਕੋਸ਼ਿਸ਼ ਹੋਏਗੀ? ਜਿਹੜੀ ਪ੍ਰੈਜ਼ੈਂਟ 2014 ਤੋਂ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੀ ਸਰਕਾਰ ਆ, ਇਹਨਾਂ ਨੇ ਜਦੋਂ ਸ਼ੁਰੂ ਹੋਈ ਆ ਸਰਕਾਰ, ਪਹਿਲੇ ਪੋਜ਼ਿਟਿਵ ਸਟੈਪ ਇਹਨਾਂ ਨੇ ਚੱਕਿਆ ਸੀ। ਇਹਨਾਂ ਨੇ ਜਸਟਿਸ ਐਸ ਐਨ ਢੀਂਗਰਾ ਦੇ ਆਧਾਰਿਤ ਇੱਕ 3 ਮੈਂਬਰ ਇਹਨਾਂ ਨੇ ਐਸ ਆਈ ਟੀ ਬਣਾਈ ਸੀ, ਸਪੈਸ਼ਲ ਇਨਵੈਸਟੀਗੇਸ਼ਨ ਟੀਮ। ਉਹਦੇ ਵਿੱਚ ਇਹਨਾਂ ਨੇ ਇੱਕ ਸਿੱਖ ਨੁਮਾਇੰਦਾ ਜਿਹੜੇ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਦੇ ਰਹਿ ਚੁੱਕੇ ਨੇ ਮਿਸਟਰ ਆਰ ਐਸ ਗਿੱਲ, ਰਾਜਦੀਪ ਸਿੰਘ ਗਿੱਲ, ਉਹਨਾਂ ਨੂੰ ਵੀ ਮੈਂਬਰ ਬਣਾਇਆ ਸੀ। ਇੱਕ ਮੈਂਬਰ ਹੋਰ ਸੀਗਾ ਬਟ ਇਟ ਵਾਜ਼ ਹੈਡਡ ਬਾਏ ਜਸਟਿਸ ਐਸ ਐਨ ਢੀਂਗਰਾ, ਪਰ ਸਰਦਾਰ ਆਰ ਐਸ ਗਿੱਲ ਨੇ ਇਸ ਕਮੇਟੀ ਦਾ ਹਿੱਸਾ ਬਣਨ ਤੋਂ ਨਾ ਕਰਤੀ ਸੀ। ਉਸ ਤੋਂ ਬਾਅਦ ਇਹ ਰਿਪਲੇਸਮੈਂਟ ਇਹਨਾਂ ਦੀ ਕੋਈ ਕੀਤੀ ਗਈ ਆ। ਅੱਜ ਤੱਕ ਵੀ ਇਹ ਜਿਹੜੀ 3 ਮੈਂਬਰੀ ਕਮੇਟੀ ਆ, ਇਹਨਾਂ ਨੇ 3 ਮੈਂਬਰ ਇਹਨਾਂ ਦੇ ਪੂਰੇ ਹੀ ਨਹੀਂ ਹੋਏ। ਇਹ ਸੀਰੀਅਸਨੈਸ ਦਿਖਾਉਂਦੀ ਆ ਗਵਰਨਮੈਂਟ ਦੀ। ਉਸ ਤੋਂ ਬਾਅਦ ਇਸ ਕਮੇਟੀ ਨੇ ਆਪਣੀਆਂ ਫਾਈਂਡਿੰਗਸ ਦੀ ਸਮਰੀ ਜਿਹੜੀ ਸੀਗੀ ਉਹ 2019 ਦੇ ਵਿੱਚ ਆਪਣੀ ਉਹਨਾਂ ਨੇ ਤਿਆਰ ਕਰਕੇ ਸੁਪਰੀਮ ਕੋਰਟ ਨੂੰ ਦੇਤੀ ਸੀ, ਗਵਰਨਮੈਂਟ ਨੂੰ ਵੀ ਉਹਦੀ ਕਾਪੀ ਦੇਤੀ ਸੀ। ਪਰ ਤੁਸੀਂ ਇਹ ਦੇਖ ਲਓ, ਨਵੰਬਰ 2019 ਦੀ ਉਹ ਰਿਪੋਰਟ ਸਬਮਿਟ ਕੀਤੀ ਹੋਈ, ਅੱਜ ਆ ਕੇ ਨਵੰਬਰ 2022 ਦੇ ਵਿੱਚ ਹੁਣ ਜਸਟਿਸ ਏ ਐਸ ਬੋਪਨਾ ਅਤੇ ਜਸਟਿਸ ਨਰਸਿਮਾ, ਪੀ ਐਸ ਨਰਸਿਮਾ ਦੇ ਬੈਂਚ ਕੋਲ ਹੁਣ ਇਹ ਸੁਣਵਾਈ ਸ਼ੁਰੂ ਹੋਈ ਆ। ਉਹਨਾਂ ਨੇ ਹੁਣ 2 ਵੀਕਸ ਦਾ ਅੱਗੇ ਟਾਈਮ ਦਿੱਤਾ ਹੈਗਾ, ਪਰ ਤੁਸੀਂ ਆਪੇ ਦੇਖ ਲਓ ਕਿ 2014 ਤੋਂ ਬਾਅਦ 2019 'ਚ ਰਿਪੋਰਟ ਤਿਆਰ ਹੋਈ ਅਤੇ 2022 ਨਵੰਬਰ ਦੇ ਵਿੱਚ ਇਹ ਹੁਣ ਪਬਲਿਕ ਡੋਮੇਨ 'ਚ ਆਈ ਆ। ਇਹ ਚੀਜ਼ ਸ਼ੋ ਕਰਦੀ ਆ ਕਿ ਇੰਡੀਅਨ ਸਟੇਟ ਦਾ ਕੀ ਇੰਟੈਂਸ਼ਨਸ ਨੇ, ਕੀ ਨੈਰੇਟਿਵਸ ਆ। ਭਾਵੇਂ ਇਹ 100 ਚਿੱਠੀਆਂ ਲਿਖ ਲੈਣ, ਜਦ ਤੱਕ ਇਹ ਗਵਰਨਮੈਂਟ ਦੀ ਇੰਟੈਂਸ਼ਨਸ ਨਹੀਂ ਹੋਊਗੀ, ਜਦ ਤੱਕ ਅਸੀਂ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਰਾਹੀਂ ਇੰਡੀਅਨ ਗਵਰਨਮੈਂਟ 'ਤੇ ਪ੍ਰੈਸ਼ਰ ਨਹੀਂ ਪਾਵਾਂਗੇ, ਆਪਾਂ ਨੂੰ ਇਹ ਇਨਸਾਫ ਕਦੀ ਨਹੀਂ ਮਿਲਣਾ। ਜੀ ਜੀ ਸਰ, ਆਪਾਂ ਇਸ ਚੀਜ਼ 'ਤੇ, ਅਗਰ ਮੈਂ ਇੱਕ ਹੋਰ ਤੁਹਾਨੂੰ ਇਸ ਚੀਜ਼ ਨੂੰ ਜਾਣਨਾ ਚਾਹਵਾਂ ਕਿ ਇੰਟਰਨੈਸ਼ਨਲ ਕਿਵੇਂ ਲੈ ਕੇ ਜਾਇਆ ਜਾ ਸਕਦਾ ਜੀ, ਕਿ ਇੰਟਰਨੈਸ਼ਨਲ ਆਪਣੀਆਂ ਸਿੱਖ ਜਥੇਬੰਦੀਆਂ ਲੈ ਕੇ ਜਾ ਸਕਦੀਆਂ ਨੇ, ਜਿਵੇਂ ਐਸ ਜੀ ਪੀ ਸੀ ਹੋ ਗਿਆ, ਅਕਾਲੀ ਦਲ ਹੋ ਗਿਆ, ਜਾਂ ਕੋਈ ਹੋਰ ਐਨ ਜੀ ਓ ਹੋ ਗਿਆ, ਜਾਂ ਇਹ ਵੀ ਸਰਕਾਰੀ ਤੌਰ 'ਤੇ ਕਿਸੇ ਤਰ੍ਹਾਂ ਅੱਗੇ ਪ੍ਰੋਸੀਡ ਹੋਏਗਾ? ਨਹੀਂ ਨਹੀਂ, ਜਿਹੜੀਆਂ ਪੋਲੀਟੀਕਲ ਰੈਪ੍ਰਜੈਂਟੇਟਿਵਸ ਨੇ ਪੰਜਾਬ 'ਚ, ਜੋ ਸਿੱਖਾਂ ਦੇ ਰੈਪ੍ਰਜੈਂਟੇਟਿਵਸ ਨੇ, ਚਾਹੇ ਈਵਨ ਜਥੇਦਾਰ ਅਕਾਲ ਤਖਤ ਸਾਹਿਬ, ਚਾਹੇ ਐਸ ਜੀ ਪੀ ਸੀ ਦੇ ਪ੍ਰੈਜ਼ੀਡੈਂਟ, ਚਾਹੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰੈਜ਼ੀਡੈਂਟ, ਚਾਹੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੈਜ਼ੀਡੈਂਟ, ਇਹ ਰੈਪ੍ਰਜੈਂਟੇਸ਼ਨ ਉੱਥੇ ਲਾ ਸਕਦੇ ਨੇ। ਉਹ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਬਣੀ ਇਸੇ ਕੰਮਾਂ ਲਈ ਆ, ਉਹਨੂੰ ਯੂਨਾਈਟਿਡ ਨੇਸ਼ਨਸ ਦੇ ਵਿੱਚ ਅਤੇ ਬਾਕੀ ਸਟੇਟਸ ਨੇ ਰਲ ਕੇ ਉਸ ਚੀਜ਼ ਨੂੰ ਬਣਾਇਆ ਸੀ, ਤਾਂ ਕਿ ਜਿਹੜੇ ਹਮੈਨਿਟੀ ਦੇ ਅਗੇਂਸਟ ਕ੍ਰਾਈਮਸ ਹੁੰਦੇ ਨੇ ਵਰਲਡਵਾਈਡ, ਉਹਨਾਂ ਨੂੰ ਕਟਹਿਰੇ ਵਿੱਚ ਲਿਆ ਕੇ ਖੜਾ ਕੀਤਾ ਜਾ ਸਕੇ ਅਤੇ ਇੰਟਰਨੈਸ਼ਨਲ ਪ੍ਰੈਸ਼ਰ ਦੇ ਰਾਹੀਂ ਉਹਨਾਂ ਲੋਕਾਂ ਨੂੰ ਇੰਡਾਈਟ ਕੀਤਾ ਜਾਵੇ ਜਿਨ੍ਹਾਂ ਨੇ ਕ੍ਰਾਈਮਸ ਅਗੇਂਸਟ ਹਮੈਨਿਟੀ ਕੀਤੇ ਨੇ। ਇਹ ਨਹੀਂ ਕਿ ਜਿਸ ਤਰ੍ਹਾਂ ਹੁਣੇ ਜਗਦੀਸ਼ ਟਾਈਟਲਰ ਹੁਣਾਂ ਨੂੰ ਸੋਨੀਆ ਗਾਂਧੀ ਹੁਣੀ ਆਪਣੇ ਨਾਲ ਬਿਠਾਈ ਬੈਠੇ ਆ, ਇਹਨਾਂ ਦੀ ਜਗ੍ਹਾ ਕਟਹਿਰਿਆਂ 'ਚ ਆ, ਇਹਨਾਂ ਦੀ ਜਗ੍ਹਾ ਜੇਲ੍ਹਾਂ 'ਚ ਆ। ਇਹ ਚੀਜ਼ ਦਾ ਪ੍ਰੈਸ਼ਰ
ਆਪਣੀਆਂ ਪਹਿਲੇ ਪੋਲੀਟੀਕਲ ਪਾਰਟੀਸ ਨੂੰ ਇਹ ਸਮਝਣਾ ਚਾਹੀਦਾ, ਲੀਗਲ ਐਡਵਾਈਸ ਲੈਣੀ ਚਾਹੀਦੀ। ਆਪਣੇ ਕੋਲ ਬਹੁਤ ਚੰਗੇ ਵਕੀਲ ਨੇ ਸਿੱਖ ਕੌਮ ਦੇ ਕੋਲ, ਉਹਨਾਂ ਦੀ ਸਲਾਹ ਲੈ ਕੇ ਇਹਨਾਂ ਨੂੰ ਇਹ ਪ੍ਰਪੇਅਰ ਕਰਕੇ ਰਿਪੋਰਟ ਇੱਕ ਵਾਰ ਆਪਾਂ ਦਾਇਰ ਤਾਂ ਕਰੀਏ। ਜਿਹੜੇ ਫੈਕਟਸ ਚਾਹੀਦੇ ਨੇ ਜਾਂ ਕੋਈ ਵੀ ਆਪਾਂ ਨੂੰ ਟਰੁੱਥ ਰੀਕਨਸੀਲੀਏਸ਼ਨ ਕਮਿਸ਼ਨ ਚਾਹੀਦਾ, ਪਰ ਆਪਣੇ ਕੋਲ ਹੂ ਆਰ ਦੀ ਗਿਲਟੀ ਰਿਪੋਰਟ ਜਿਹੜੀ ਉਹ ਬੜੀ ਡਿਟੇਲਡ ਅਤੇ ਬੜੀ ਪ੍ਰਸਾਈਸ ਵਿਦ ਫੈਕਟਸ ਉਹ ਰਿਪੋਰਟ ਆਪਣੇ ਕੋਲ ਮੌਜੂਦ ਆ, ਉਹ ਆਧਾਰ ਬਣ ਸਕਦੀ ਆ ਟੂ ਪੁੱਟ ਅਪ ਦਾ ਪਟੀਸ਼ਨ ਬਿਫੋਰ ਦਾ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ। ਜੀ ਸਰ, ਲੇਕਿਨ ਅਕਾਲੀ ਦਲ ਤਾਂ ਆਪਣੀਆਂ ਉਲਝਣਾਂ ਦੇ ਵਿੱਚ ਹੀ ਉਲਝਿਆ ਹੋਇਆ ਜੀ। ਬੀਬੀ ਜਗੀਰ ਕੌਰ ਜੀ ਦਾ ਮਸਲਾ ਪ੍ਰਧਾਨਗੀ ਨੂੰ ਲੈ ਕੇ, ਉੱਧਰ ਦੂਸਰੇ ਪਾਸੇ ਧਾਮੀ ਸਾਹਿਬ ਨੂੰ SGPC ਸ਼੍ਰੋਮਣੀ ਅਕਾਲੀ ਦਲ ਨੇ ਹੁਣ ਆਪਣਾ ਕੈਂਡੀਡੇਟ ਜਿਹੜਾ ਹੈ ਉਹ ਅਨਾਊਂਸ ਕਰ ਦਿੱਤਾ। ਸੋ ਕਿਵੇਂ ਵੇਖ ਰਹੇ ਹੋ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਅੰਦਰਲੀ ਚੱਲਦੀ ਹੋਈ ਉਲਝਣਬਾਜ਼ੀ ਨੂੰ, ਧਿਆਨ ਭੜਕਾਉਣ ਲਈ ਹੈ ਕਿ BJP ਦੇ ਵਿੱਚ ਜਾਣਾ ਚਾਹੁੰਦੇ ਨੇ ਬੀਬਾ ਜੀ? 1999 ਦੇ ਵਿੱਚ ਨਾ 300 ਸਾਲਾ ਸ਼ਤਾਬਦੀ ਮਨਾਈ ਸੀ ਗੁਰੂ ਗੋਬਿੰਦ ਸਿੰਘ ਦੀ। ਉਸ ਟਾਈਮ ਦੇ ਜਿਹੜੇ ਪ੍ਰਾਈਮ ਮਿਨਿਸਟਰ ਸੀ ਅਟਲ ਬਿਹਾਰੀ ਵਾਜਪਾਈ, ਉਹ ਵੀ ਵਨ ਆਫ ਦਾ ਚੀਫ ਗੈਸਟ ਸੀ ਜਦੋਂ ਇਹਨਾਂ ਨੇ ਉਹ ਸਮਾਗਮ ਕੀਤਾ ਸੀ ਆਨੰਦਪੁਰ ਸਾਹਿਬ 'ਚ। ਉਦੋਂ ਦੋ ਪੈਰਲਲ ਸਮਾਗਮ ਹੋਏ ਸੀ। ਮੈਂ ਤੁਹਾਨੂੰ ਸਿਰਫ ਪਿਛੋਕੜ ਤਾਂ ਦੱਸਣਾ ਚਾਹੁੰਦਾ ਕਿ ਉਸ ਸਮਾਗਮ ਦੇ ਦੌਰਾਨ ਜਿਹੜੇ RSS ਦੀ ਪਾਰਟੀਸਪੇਸ਼ਨ ਸੀਗੀ ਉਹ ਬੜੀ ਪ੍ਰੈਡੋਮੀਨੈਂਟਲੀ ਸੀਗੀ, ਬੜੀ ਪੁਖਤਾ ਉਹਦੇ ਸਬੂਤ ਸੀ। ਉਹ ਬੜੇ ਵੱਡੇ ਪੱਧਰ ਦੇ ਵਿੱਚ ਆ ਕੇ ਪਾਰਟੀਸਪੇਟ ਕੀਤੇ, ਇਕੱਲੇ ਪਾਰਟੀਸਪੇਟ ਹੀ ਨਹੀਂ ਕੀਤੇ, ਉਹਨਾਂ ਨੇ ਇਹ ਦਾਅਵਾ ਜਤਾਇਆ ਸੀ ਕਿ ਅਸੀਂ ਸਭ ਨਾਲੋਂ ਮੂਹਰਲੀ ਕਤਾਰਾਂ 'ਚ ਬਹਿਣਾ, ਵੀ ਇਹ ਸਾਡਾ ਸਮਾਗਮ ਆ, ਤੁਸੀਂ ਸਾਡਾ ਹਿੱਸਾ। ਉਸ ਟਾਈਮ 'ਤੇ ਕਿਸੇ ਤਰ੍ਹਾਂ ਇਹ ਗੱਲ ਹੋਣ ਨਹੀਂ ਸੀ ਦਿੱਤੀ, ਪਰ ਉਹ ਉਦੋਂ RSS ਨੇ ਪਬਲਿਕ ਵਾਰਨਿੰਗ ਦਿੱਤੀ ਸੀ ਸਿੱਖ ਕੌਮ ਨੂੰ ਕਿ ਤੁਸੀਂ ਕਹਿੰਦੇ ਹੋ ਨਾ ਸਾਨੂੰ ਕਤਾਰਾਂ 'ਚ ਬੈਠਣ ਨਹੀਂ ਦੇਣਾ, ਹੁਣ ਸਮਾਂ ਆਊਗਾ ਜਦੋਂ SGPC ਵੀ ਸਾਡੀ ਹੋਊਗੀ, ਜਦੋਂ ਅਕਾਲ ਤਖ਼ਤ ਸਾਹਿਬ ਦੀ ਜਥੇਦਾਰੀ ਵੀ ਸਾਡੀ ਸੋਚ ਵਾਲਾ ਬੰਦਾ ਹੋਊਗਾ ਜਿਹੜਾ ਹੈੱਡ ਕਰੂਗਾ। ਇਹ ਚੀਜ਼ ਜਿਹੜਾ ਵਰਤਾਰਾ ਸੀਗਾ ਇਹ ਉਦੋਂ ਤੋਂ ਹੀ ਸ਼ੁਰੂ ਹੋ ਗਿਆ ਸੀ। ਉਸ ਤੋਂ ਬਾਅਦ ਲਿਫਾਫਾ ਕਲਚਰ ਆਇਆ ਕਿ ਕਿਹਨੇ SGPC ਦਾ ਪ੍ਰੈਜ਼ੀਡੈਂਟ ਬਣਨਾ, ਉਹਦੇ ਰਾਹੀਂ ਕਿਹਨੂੰ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਲਾਉਣਾ ਜਾਂ ਦੂਜੇ ਤਖ਼ਤ ਸਾਹਿਬਾਨ ਦੇ ਜਥੇਦਾਰ ਲਾਉਣੇ। ਉਹ ਸਾਰੀ ਪ੍ਰਕਿਰਿਆ 'ਤੇ ਵਾਰ ਵਾਰ ਇਹ ਗੱਲ ਉੱਠਦੀ ਰਹੀ ਆ ਕਿ ਡਾਇਰੈਕਟਲੀ ਔਰ ਇਨਡਾਇਰੈਕਟਲੀ ਇਹਦੇ ਵਿੱਚ RSS ਦਾ ਇਨਫਲੂਐਂਸ ਰਿਹਾ ਹੈਗਾ। ਤੁਸੀਂ ਇਹ ਵੀ ਦੇਖੋ ਜਿਹੜਾ ਹੁਣ ਵਿਵਾਦ ਉੱਠਿਆ, ਜਦੋਂ ਹੁਣ ਪਹਿਲੀ ਵਾਰੀ ਲਿਫਾਫਾ ਕਲਚਰ 'ਚ ਇਹ ਬਾਹਰ ਆਏ ਨੇ, ਇਹਨਾਂ ਨੇ ਪਹਿਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਅਤੇ ਬੀਬੀ ਜਗੀਰ ਕੌਰ ਦੀ ਮੀਟਿੰਗ ਹੋਈ ਸੀ। ਇਹਨਾਂ ਨੇ ਮੇਰਾ ਜੋ ਅਨੁਭਵ ਹੈਗਾ, ਇਹਨਾਂ ਨੇ ਪਹਿਲੇ ਆਈਡੀਆ ਫਲੋਟ ਕੀਤਾ ਸੀ ਕਿ ਜਿਹੜਾ ਆਪਣੇ 'ਤੇ ਟੈਗ ਲੱਗ ਲਿਆ ਲਿਫਾਫਾ ਕਲਚਰ ਦਾ, ਇਹਨੂੰ ਲਾਉਣ ਲਈ ਵੀ ਬੀਬੀ ਜਗੀਰ ਕੌਰ ਨੂੰ ਅੱਗੇ ਕਰਕੇ ਵਰਤਿਆ ਜਾਵੇ। ਪਰ ਸਮਹਾਓ ਜਦੋਂ ਇਹ ਸੋਚ ਪਬਲਿਕ 'ਚ ਆ ਗਈ ਤਾਂ ਉਹਨਾਂ ਨੇ ਦੂਜੀ ਧਿਰ ਨੇ ਜਿਹੜੀ ਜਿਸ ਰਾਹੀਂ ਇਹ ਲਿਫਾਫਾ ਕਲਚਰ ਖਿਲਾਫ ਆਵਾਜ਼ ਉੱਠੀ ਸੀ, ਉਹਦੇ ਵਿੱਚ ਹੁਣ ਇਹ ਆਵਾਜ਼ ਉੱਠ ਰਹੀ ਆ। ਅੱਡ ਅੱਡ ਓਪੀਨੀਅਨਸ ਆ ਰਹੇ ਆ ਇਹਦੇ ਮਗਰ BJP ਆ ਕੇ ਖੜ ਗਈ ਆ। RSS ਥਰੂ BJP ਇਸ ਅਰੈਨੇ 'ਚ ਐਂਟਰ ਕਰ ਗਈ ਆ ਪਬਲਿਕਲੀ। ਉਸ ਦੇ ਰਾਹੀਂ ਹੁਣ ਕੰਟੈਸਟ ਹੋਣਾ November 9th ਨੂੰ। ਦੂਜੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਆ ਉਹਨਾਂ ਨੇ ਬੀਬੀ ਜਗੀਰ ਕੌਰ ਨੂੰ ਨੋਟਿਸ ਵੀ ਦਿੱਤਾ ਹੈਗਾ। ਬੀਬੀ ਜਗੀਰ ਕੌਰ ਉਹ ਨੇ ਜਿਨ੍ਹਾਂ 'ਤੇ ਆਪਣੀ ਹੀ ਕੁੜੀ ਨੂੰ ਮਾਰਨ ਦਾ ਦੋਸ਼ ਲੱਗਦਾ, ਇਕੱਲਾ ਦੋਸ਼ ਨਹੀਂ ਲੱਗਦਾ, ਉਹਨਾਂ ਨੂੰ ਇੱਕ ਕਚਹਿਰੀ ਵਿੱਚੋਂ ਸਜ਼ਾ ਵੀ ਹੋ ਚੁੱਕੀ ਆ, ਹਾਈ ਕੋਰਟ ਦੇ ਵਿੱਚ ਕੇਸ ਪੈਂਡਿੰਗ ਆ, ਇਹਨਾਂ ਨੂੰ ਟੈਂਪਰੇਰੀ ਰਿਲੀਫ ਮਿਲੀ ਹੋਈ ਆ। ਇਹ ਬੜੀ ਆਪਣੇ ਲਈ ਅਣਹੋਣੀ ਗੱਲ ਆ ਕਿ ਇਸ ਤਰ੍ਹਾਂ ਦੀਆਂ ਸ਼ਖਸੀਅਤਾਂ ਜਿਨ੍ਹਾਂ ਨੇ ਆਪਣੇ ਪਰਿਵਾਰ ਦੀ ਕੁੜੀ ਨੂੰ ਨਹੀਂ ਬਖਸ਼ਿਆ, ਉਹਨਾਂ ਨੂੰ ਆਪਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲੀਡਰਸ਼ਿਪ ਦੇਣੀ ਆ। 3 ਵਾਰੀ ਉਹ ਪਹਿਲੇ ਪ੍ਰਧਾਨ ਰਹਿ ਚੁੱਕੇ ਨੇ। ਉਸ ਟਾਈਮ 'ਤੇ ਮੈਨੂੰ ਦੱਸੋ ਵੀ ਉਹਨਾਂ ਨੇ ਕੀ ਬੇਅਦਬੀ ਦਾ ਜਦੋਂ ਇਸ਼ੂ ਉੱਠਿਆ, ਸਾਡਾ ਗੁਰੂ ਗ੍ਰੰਥ ਸਾਹਿਬ ਦੇ ਅੰਗ ਗਲੀਆਂ ਵਿੱਚ ਰੋਲੇ ਗਏ, ਉਦੋਂ ਇਹਨਾਂ ਦੀ ਆਵਾਜ਼ ਕਿੱਥੇ ਸੀ? ਹੋਰ ਇੱਦਾਂ ਦੇ ਇਸ਼ੂਸ ਉੱਠੇ। ਹੁਣ ਬਿਲਕਿਸ ਬਾਨੋ ਦਾ ਐਡਾ ਵੱਡਾ ਕੇਸ ਉੱਠਿਆ, ਕਦੀ ਇਹ ਐਜ਼ ਬੀਂਗ ਹੈੱਡ ਆਫ ਦਾ ਵੂਮਨ ਵਿੰਗ ਆਫ ਸ਼੍ਰੋਮਣੀ ਅਕਾਲੀ ਦਲ ਕਦੀ ਬੋਲੇ? ਅੱਡ ਅੱਡ ਸਮੇਂ 'ਤੇ ਜਦੋਂ ਵੀ ਸਿੱਖ ਕੌਮ ਨਾਲ ਰਿਲੇਟਡ ਇਸ਼ੂਸ ਆਏ, ਇਹਨਾਂ ਦੀ ਕਿਤੇ ਵੀ ਆਪਾਂ ਸਟੇਟਮੈਂਟ ਜਾਂ ਇਹਨਾਂ ਵੱਲੋਂ ਕੀਤਾ ਹੋਇਆ ਕੋਈ ਪਬਲਿਕ ਇਜਾਰਾ ਆਪਣੇ ਸਾਹਮਣੇ ਨਹੀਂ ਆਉਂਦਾ। ਅੱਜ ਤੱਕ ਸਿੱਖਾਂ 'ਤੇ ਇੰਨੀ ਭੀੜ ਰਹੀ ਆ, ਇਹ ਆਪਣਾ 1984 ਦਾ ਹੀ ਇਤਿਹਾਸ ਦੱਸਣ ਕਿ ਉਸ ਟਾਈਮ 'ਤੇ ਕਿੱਥੇ ਸੀ, ਜਾਂ ਉਸ ਤੋਂ ਬਾਅਦ ਜਦੋਂ ਗਵਰਨਮੈਂਟ 'ਚ ਆਏ, ਪਾਵਰ 'ਚ ਰਹੇ, ਪ੍ਰੋਮੀਨੈਂਟ ਪੋਜੀਸ਼ਨ 'ਚ ਰਹੇ, ਕੋਈ ਕਿਸੇ ਤਰ੍ਹਾਂ ਦੀ ਹਿਸਟਰੀ ਇਹਨਾਂ ਨਾਲ ਜੁੜਦੀ।
ਜਦੋਂ ਵੀ ਪੋਪ ਬਣਦਾ ਨਾ ਕੈਥੋਲਿਕ ਚਰਚ ਦਾ ਹੈਡ, ਪੋਪ ਨੂੰ ਬਣਨ ਤੋਂ ਪਹਿਲੇ ਸ਼ੋ ਕਰਨਾ ਪੈਂਦਾ ਕਿ ਜਦੋਂ ਉਹਨੇ ਆਪਣੇ ਲਾਈਫ ਸਪੈਨ ਦੇ ਵਿੱਚ ਇੱਥੋਂ ਤੱਕ ਪਹੁੰਚਣ ਤੋਂ ਪਹਿਲੇ ਜੇ ਕਦੀ ਹਮੈਨਿਟੀ ਦਾ ਇਸ਼ੂ ਉੱਠਿਆ, ਕਦੀ ਡਿਕਟੇਟਰਸ਼ਿਪਸ ਦੇ ਇਸ਼ੂਜ਼ ਉੱਠੇ, ਹਿਊਮਨ ਰਾਈਟਸ ਵਾਇਲੇਸ਼ਨ ਦੇ ਇਸ਼ੂ ਉੱਠੇ, ਜਾਂ ਕੋਈ ਸੋਸ਼ਲ ਇਸ਼ੂ ਉੱਠੇ ਜਿਹਦੇ ਨਾਲ ਅਨਰੈਸਟ ਹੋਇਆ ਸਮਾਜ 'ਚ, ਵੀ ਤੁਸੀਂ ਉਦੋਂ ਪ੍ਰੋ ਗੌਰਮੈਂਟ ਸੀ ਕਿ ਐਂਟੀ ਗੌਰਮੈਂਟ ਸੀ ਐਂਡ ਪ੍ਰੋ ਪੀਪਲ ਸੀ? ਸਾਡੇ ਇੱਥੇ ਇੱਦਾਂ ਦੇ ਮਕਾਨ ਹੀ ਹੈ ਨਹੀਂ ਕਿ ਜਿਨ੍ਹਾਂ ਰਾਹੀਂ ਆਪਾਂ ਜੱਜ ਕਰ ਸਕੀਏ ਕਿ ਸਾਡੀ ਜਿਹੜੀ ਪੋਲੀਟੀਕਲ ਲੀਡਰਸ਼ਿਪ ਆ ਉਹਨਾਂ ਦੀ ਹਿਸਟਰੀ ਕੀ ਆ, ਚਾਹੇ ਉਹ ਜਥੇਦਾਰ ਅਕਾਲ ਤਖਤ ਸਾਹਿਬ ਆ, ਚਾਹੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ। ਇਹ ਸਾਡੇ ਇੰਸਟੀਟਿਊਸ਼ਨਸ ਦੇ ਵਿੱਚੋਂ ਜਿਹੜੇ ਮੌਲਿਕ ਐਥਿਕਸ ਮੋਰੈਲਿਟੀ ਦੇ ਇਸ਼ੂਜ ਹੋਣੇ ਚਾਹੀਦੇ ਸੀ, ਸੋਸ਼ਲ ਰਿਸਪੋਂਸੀਬਿਲਟੀਜ਼ ਦੇ ਇਸ਼ੂ ਹੋਣੇ ਚਾਹੀਦੇ ਸੀ, ਉਹ ਕਦੀ ਸਾਹਮਣੇ ਹੀ ਨਹੀਂ ਆਏ। ਤਾਂ ਆਪਾਂ ਨੂੰ ਇੱਦਾਂ ਦੇ ਪ੍ਰਗਟਾਵੇ ਆ ਰਹੇ ਆ। ਤਾਂ ਹੀ 99 ਜਦੋਂ 1999 'ਚ 1999 ਦੇ ਵਿੱਚ ਜਦੋਂ ਇਹ ਪਬਲਿਕ ਦਾਅਵਾ ਕਰਕੇ ਗਏ ਸੀ RSS, ਉਸ ਦੇ ਗਵਾਹ ਅੱਜ ਵੀ ਮੌਜੂਦ ਨੇ ਜਿਹੜੇ ਬੰਦੇ ਇਸ ਚੀਜ਼ ਦੀ ਤਰਦੀਕ ਕਰ ਸਕਦੇ ਆ ਕਿ ਉਦੋਂ RSS ਸਾਨੂੰ ਕੀ ਕਹਿ ਕੇ ਗਈ ਸੀ। ਅਤੇ ਉਹਦਾ ਪ੍ਰਗਟਾਵਾ ਆਪਾਂ ਲੰਮੇ ਸਮੇਂ ਤੋਂ ਦੇਖ ਰਹੇ ਹਾਂ, ਹੁਣ ਥੋੜ੍ਹਾ ਜ਼ਿਆਦਾ ਪ੍ਰਤੱਖ ਰੂਪ ਵਿੱਚ ਸਾਹਮਣੇ ਆਇਆ। ਮੈਂ SGPC ਦੇ ਮੈਂਬਰਸ ਨੂੰ ਕਹੂੰਗਾ ਕਿ ਤੁਸੀਂ ਇਸ ਤਰ੍ਹਾਂ ਦੇ ਛਲਾਵੇ 'ਚ ਨਾ ਆਓ, ਤੁਹਾਡੇ ਕੋਲ ਸਿੱਖ ਕੌਮ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਇਸ ਟਾਈਮ 'ਤੇ, ਉਸ ਜ਼ਿੰਮੇਵਾਰੀ ਨੂੰ ਇਹਨਾਂ ਨੂੰ ਰਿਸਪੋਂਸੀਬਲੀ ਨਿਭਾਉਣਾ ਚਾਹੀਦਾ। ਜੀ ਸਰ, ਸਰ ਮੈਂ ਅੱਜ ਦੇ ਪ੍ਰੋਗਰਾਮ ਦਾ ਆਖਰੀ ਸਵਾਲ ਤੁਹਾਡੇ ਨਾਲ ਲੈ ਕੇ ਆ ਰਹੀ ਹਾਂ, ਉਹ ਇਸੇ ਅਰਾਊਂਡ ਅਸੀਂ ਜਾਣਨਾ ਚਾਹਾਂਗੇ, ਜੋ ਬ੍ਰਾਜ਼ੀਲ ਦੇ ਵਿੱਚ ਸੱਤਾ ਤਬਦੀਲੀ ਹੋਈ ਆ, ਉੱਥੇ ਨਵੇਂ ਪ੍ਰੈਜ਼ੀਡੈਂਟ ਆਏ ਨੇ ਲੂਲਾ ਦਾ ਸਿਲਵਾ, ਬੋਲਸੀਨਾਰੋ ਨੂੰ ਹਰਾ ਕੇ ਦੋ ਬਹੁਤ ਨੈਰੋ ਮਾਰਜਿਨ ਦੇ ਉੱਤੇ, ਪਰ ਇੱਕ ਅਲੱਗ ਤਰ੍ਹਾਂ ਦੀ ਖੁਸ਼ੀ ਜਿਹੜੀ ਆ ਉਹ ਇੱਕ ਖਾਸ ਵਿਚਾਰਧਾਰਾ ਵਾਲਿਆਂ ਲੋਕਾਂ ਨੂੰ ਹੈਗੀ ਆ, ਕਿਉਂਕਿ ਲੂਲਾ ਦਾ ਸਿਲਵਾ ਪਹਿਲੀ ਵਾਰ ਨਹੀਂ ਆ ਬ੍ਰਾਜ਼ੀਲ ਦੇ ਪ੍ਰੈਜ਼ੀਡੈਂਟ ਬਣੇ, ਇਸ ਤੋਂ ਪਹਿਲਾਂ ਵੀ ਦੋ ਵਾਰੀ ਉਹ ਰਹਿ ਚੁੱਕੇ ਨੇ, ਔਰ ਕੰਪੈਰੇਟਿਵਲੀ ਉਹ ਇੱਕ ਵਧੀਆ ਉਹਨਾਂ ਦਾ ਰਿਜੀਮ ਸੀਗਾ। ਉਹ ਗੱਲ ਵੀ ਇੱਕ ਹੈਗੀ ਕਿ ਕਰਪਸ਼ਨ ਦੇ ਚਾਰਜਸ ਦੇ ਅਧੀਨ ਇਹਨਾਂ ਨੂੰ ਵੀ ਜੇਲ੍ਹ ਦੇ ਵਿੱਚ ਰਹਿਣਾ ਪਿਆ। ਸੋ ਕਿਵੇਂ ਵੇਖਦੇ ਹੋ ਸਰ, ਲੈਫਟ ਵਿੰਗ ਵਾਲੀ ਪੋਲੀਟਿਕਸ ਦੁਬਾਰਾ ਬ੍ਰਾਜ਼ੀਲ ਦੇ ਵਿੱਚ ਆਈ, ਕੀ ਉਮੀਦ ਹੈ ਤੁਹਾਨੂੰ ਸਰ? ਵੈਸੇ ਨਾ 2000 ਤੋਂ ਬਾਅਦ ਪਹਿਲੀ ਵਾਰੀ ਜਿਹੜਾ ਲੈਟਿਨ ਅਮੈਰੀਕਾ ਹੈਗਾ ਉਹਦੇ ਵਿੱਚ ਲੈਫਟਿਸਟ ਜਿਹੜੀ ਥੋਟ ਵਾਲੇ ਆ, ਮਾਰਕਸਿਸਟ ਥੋਟ ਵਾਲੇ ਬੰਦੇ ਨੇ, ਪ੍ਰੋ ਪੀਪਲ ਬੰਦੇ ਨੇ, ਵਰਕਰਸ ਦੇ ਨਾਲ ਜੁੜੇ ਹੋਈਆਂ ਪਾਰਟੀਸ ਨੇ, ਉਹਨਾਂ ਵਿੱਚੋਂ ਲੀਡਰ ਜਿਹੜੀ ਹੈਗੀ ਲੀਡਰਸ਼ਿਪ ਉੱਭਰ ਰਹੀ ਆ। ਅੱਜ 8 ਜਿਹੜੇ ਇੱਦਾਂ ਦੇ ਕੰਟਰੀਸ ਨੇ ਪ੍ਰੋਮੀਨੈਂਟ ਲੈਟਿਨ ਅਮੈਰੀਕਾ 'ਚ ਜਿੱਥੇ ਲੈਫਟਿਸਟ ਖਿਆਲਾਂ ਵਾਲੇ ਪ੍ਰੋ ਪੀਪਲ ਪੋਲਿਸੀਜ਼ ਵਾਲੇ ਜਿਹੜੇ ਹੈਗੇ ਨੇ, 8 ਪ੍ਰੈਜ਼ੀਡੈਂਟਸ ਲੱਗੇ ਹੋਏ ਨੇ। ਹੁਣੇ ਲਾਸਟ ਸੰਡੇ ਰਨ ਅਪ ਇਲੈਕਸ਼ਨਸ ਹੋਈਆਂ ਨੇ ਪ੍ਰੈਜ਼ੀਡੈਂਟ ਟੂ ਫਾਰ ਬ੍ਰਾਜ਼ੀਲ, ਉਹਦੇ ਵਿੱਚ ਬੜਾ ਹੈਵੀਲੀ ਕੰਟੈਸਟਡ, ਬੜਾ ਮਤਲਬ ਕਿ ਕੰਟੈਸਟ ਹੋਇਆ, ਬੜੀ ਨੈਰੋ ਮਾਰਜਨ ਦੇ ਨਾਲ ਜਿਹੜੇ ਹੈਗੇ ਆ ਲੂਇਸ ਅਨੈਸੀਓ ਲੂਲਾ ਦਾ ਸਿਲਵਾ, ਜਿਹਨਾਂ ਨੂੰ ਲੂਲਾ ਵੀ ਕਿਹਾ ਜਾਂਦਾ, ਉਹ ਤੀਜੀ ਵਾਰੀ ਬ੍ਰਾਜ਼ੀਲ ਦੇ ਪ੍ਰੈਜ਼ੀਡੈਂਟ ਬਣੇ ਨੇ। ਇਸ ਤੋਂ ਪਹਿਲੇ ਉਹ ਜਿਹੜੇ 2002 ਤੋਂ ਲੈ ਕੇ 2010 ਤੱਕ ਉਹ ਬ੍ਰਾਜ਼ੀਲ ਦੇ ਪ੍ਰੈਜ਼ੀਡੈਂਟ ਰਹੇ, ਦੋ ਟਰਮਸ ਉਹਨਾਂ ਨੇ ਉਦੋਂ ਮਤਲਬ ਕਿ ਸਰਵ ਕੀਤੀਆਂ ਸੀਗੀਆਂ। ਉਸ ਤੋਂ ਬਾਅਦ 2018 ਦੇ ਵਿੱਚ ਉਹਨਾਂ 'ਤੇ ਕਰਪਸ਼ਨ ਦੇ ਚਾਰਜਸ ਲੱਗੇ ਸੀ, ਪਰ ਹੁਣ ਬਾਅਦ ਦੇ ਵਿੱਚ ਉਹਨਾਂ ਨੂੰ ਕੋਰਟ ਨੇ ਐਗਜ਼ੋਰਨੇਟ ਕਰਤਾ ਸੀਗਾ। ਹੁਣ ਉਹ ਦੁਬਾਰਾ ਫੀਲਡ 'ਚ ਆਏ ਸੀ, ਉਹ 50.9% ਵੋਟ ਨਾਲ ਜਿੱਤੇ ਨੇ, 49.1% ਨਾਲ ਜਿਹੜਾ ਦੂਸਰਾ ਕੈਂਡੀਡੇਟ ਸੀ ਬੋਲਸੋਨਾਰੋ, ਉਹ ਪ੍ਰੋ ਡਿਕਟੇਟਰਸ਼ਿਪ, ਕਿਉਂਕਿ ਅਰਜਨਟ ਬ੍ਰਾਜ਼ੀਲ ਦੇ ਵਿੱਚ ਬਹੁਤ ਚਿਰ ਮਿਲਟਰੀ ਰੂਲ ਰਿਹਾ, ਉਹ ਜਿਹੜੇ ਆਪ ਵੀ ਆਰਮੀ ਕੈਪਟਨ ਰਹੇ ਨੇ ਬੋਲਸੋਨਾਰੋ, ਉਹਦੇ ਦੌਰਾਨ ਉਹਨਾਂ ਦੀ ਜਿਹੜੀ ਪੋਲਿਸੀ ਸੀਗੀਆਂ ਉਹ ਡਿਕਟੇਟਰਸ਼ਿਪ ਨੂੰ ਜਾਇਜ਼ ਮੰਨਦੇ ਸੀ, ਉਹਨੂੰ ਆਪਣਾ ਇੱਕ ਆਦਰਸ਼ ਮੰਨਦੇ ਸੀ। ਉਹਨਾਂ ਨੇ ਆਪਣਾ ਰੂਲ ਵੀ ਉਸੇ ਲੀਹਾਂ ਦੇ ਰਾਹੀਂ ਹੀ ਕੀਤਾ। ਸਾਰਿਆਂ ਨਾਲੋਂ ਵੱਡਾ ਐਮਾਜ਼ੋਨ ਜਿਹੜਾ ਫੋਰੈਸਟ ਆ ਉਹਦਾ ਨੁਕਸਾਨ ਵੀ ਇਹਨਾਂ ਦੀ ਟੈਨਵਰ ਰਾਹੀਂ ਹੋਇਆ। ਜਿਹੜੇ ਹੈਗੇ ਮਿਸਟਰ ਲੂਲਾ, ਉਹਨਾਂ ਨੇ ਜਦੋਂ ਉਹ ਪ੍ਰੈਜ਼ੀਡੈਂਟ ਬਣੇ ਉਹਨਾਂ ਨੇ ਬ੍ਰਾਜ਼ੀਲ ਦੀ ਇਕੋਨਮੀ ਨੂੰ ਬਹੁਤ ਹੈਲਦੀ ਬਣਾਇਆ ਸੀ, ਲੋਕਾਂ ਨੂੰ ਪਾਵਰਟੀ ਲੈਵਲ ਤੋਂ ਕੱਢ ਕੇ ਲਿਆਏ ਸੀ ਬਾਹਰ, ਅਤੇ ਪ੍ਰੋਸਪੈਰਿਟੀ ਦਾ ਜਿਹੜਾ ਉਹ ਸਮਾਂ ਹੈਗਾ ਉਹਨੂੰ ਪ੍ਰੋਸਪੈਰਿਟੀ ਦਾ ਮਤਲਬ ਕਿ ਈਅਰਸ ਕਹੇ ਜਾਂਦੇ ਨੇ ਬ੍ਰਾਜ਼ੀਲ ਦੇ ਵਿੱਚ। ਦੂਸਰੀ ਗੱਲ ਆ, ਜਦੋਂ ਬਰਾਕ ਓਬਾਮਾ 2008 ਵਿੱਚ US ਦੇ ਪ੍ਰੈਜ਼ੀਡੈਂਟ ਸੀਗੇ, ਉਹਨਾਂ ਨੇ ਆਪਣੀ ਪਬਲਿਕ ਸਟੇਟਮੈਂਟ ਵਿੱਚ ਕਿਹਾ ਸੀਗਾ ਕਿ ਜੇ ਅੱਜ ਦੁਨੀਆ ਦੇ ਵਿੱਚ ਸਭ ਨਾਲੋਂ ਪਾਪੂਲਰ ਕੋਈ ਪ੍ਰੈਜ਼ੀਡੈਂਟ ਹੈਗਾ ਤਾਂ ਉਹ ਲੂਇਸ ਅਨੈਸੀਓ ਲੂਲਾ ਦਾ ਸਿਲਵਾ ਹੈਗਾ,
ਜਿਹੜਾ ਉਸ ਟਾਈਮ ਤੇ ਬ੍ਰਾਜ਼ੀਲ ਦੇ ਵਿੱਚ ਪ੍ਰੈਜ਼ੀਡੈਂਟ ਸੀ। ਇਹਨਾਂ ਦੀ ਐਡਾ ਵੱਡਾ ਪਾਪੂਲੈਰਿਟੀ ਦਾ ਗ੍ਰਾਫ ਆ, 67 ਈਅਰਸ ਓਲਡ ਨੇ ਇਹ ਤੇ ਇਸ ਟਾਈਮ ਤੇ ਉਹ ਤੀਜੀ ਵਾਰੀ ਬ੍ਰਾਜ਼ੀਲ ਦੇ ਪ੍ਰੈਜ਼ੀਡੈਂਟ ਬਣੇ। ਜਿਹੜੇ ਦੂਸਰੇ ਮੁਲਕ ਨੇ ਉੱਥੇ ਵੀ, ਜਿਹੜੇ ਲੈਟਿਨ ਅਮੈਰੀਕਾ 'ਚ ਨੇ ਉੱਥੇ ਵੀ ਪ੍ਰੋ ਪੀਪਲ ਲੋਕ ਮਤਲਬ ਕਿ ਪਾਵਰ ਦੇ ਵਿੱਚ ਨੇ ਸਿੰਸ 2018। ਚਾਹੇ ਉਹ ਤੁਸੀਂ ਲੋਪੇਜ਼ ਓਬਰਾਡੋਰ ਦੀ ਮੈਕਸੀਕੋ 'ਚ ਗੱਲ ਕਰ ਲਓ, ਚਾਹੇ ਤੁਸੀਂ ਅਲਬਰਟੋ ਫਰਨਾਂਡਿਸ ਦੀ ਅਰਜਨਟਾਈਨਾ ਵਿੱਚ ਗੱਲ ਕਰ ਲਓ, ਚਾਹੇ ਤੁਸੀਂ ਬੋਲੀਵੀਆ ਦੇ ਵਿੱਚ ਲੂਇਸ ਆਰਸੇ ਉਹਨਾਂ ਦੀ ਗੱਲ ਕਰ ਲਓ, ਚਾਹੇ ਪੀਰੂ ਦੇ ਵਿੱਚ ਪੈਡਰੋ ਕੈਸਟੀਲੋ ਆਏ ਨੇ, ਉਹ ਵੀ ਇੱਕ ਨਵੀਂ ਸ਼ੁਰੂਆਤ ਆ ਪੀਰੂ ਦੇ ਵਿੱਚ, ਕਿਉਂਕਿ ਉੱਥੇ ਵੀ ਲੰਮਾ ਚਿਰ ਇਹਨਾਂ ਸਾਰੇ ਮੁਲਕਾਂ ਦੇ ਵਿੱਚ ਆਰਮੀ ਮਿਲਟਰੀ ਡਿਕਟੇਟਰਸ਼ਿਪ ਰਹੀ ਆ। ਇਸੇ ਤਰ੍ਹਾਂ ਚਿੱਲੀ ਦੇ ਵਿੱਚ ਇੱਕ ਨਵਾਂ ਸਟੂਡੈਂਟ ਲੀਡਰ ਆਇਆ ਗੈਬਰੀਅਲ ਬੋਰਿਕ, ਜਿਹਨੇ ਕਿ ਜਦੋਂ ਦੇ ਉਹ ਪਾਵਰ 'ਚ ਆਏ ਨੇ ਉਹਨਾਂ ਨੇ ਕਾਂਸਟੀਟਿਊਸ਼ਨ ਦੇ ਰਾਹੀਂ ਇੱਕ ਨਵੀਂ ਕਿਸਮ ਦੀ ਡੈਮੋਕ੍ਰੇਸੀ ਜਿਹੜੀ ਕਿ ਬਹੁਤ ਲਿਬਰਲ ਅਤੇ ਪ੍ਰੋ ਪੀਪਲ ਹੋਊਗੀ ਉਹਦੀ ਉਹ ਰੂਪ ਰੇਖਾ ਬਣਾ ਰਹੇ ਨੇ। ਇੱਕ ਵਾਰੀ ਉਹ ਰੈਫਰੈਂਡਮ ਦੇ ਵਿੱਚ ਹਾਰ ਗਏ ਨੇ, ਪਰ ਹੁਣ ਉਹ ਦੁਬਾਰਾ ਟਰਾਈ ਕਰ ਰਹੇ ਨੇ ਕਿ ਦੁਨੀਆ ਦੇ ਵਿੱਚ ਇੱਕ ਨਵੀਂ ਫਾਰਮ ਆਫ ਡੈਮੋਕ੍ਰੇਸੀ ਨੂੰ ਅਸੀਂ ਲਿਆ ਸਕੀਏ। ਇਸੇ ਤਰ੍ਹਾਂ ਕੋਲੰਬੀਆ ਦੇ ਵਿੱਚ ਪਹਿਲੀ ਵਾਰੀ ਹੋਇਆ ਕਿ ਲੈਫਟਿਸਟ ਥੋਟ ਦਾ ਜਿਹੜਾ ਹੈਗਾ ਗਸਤਾਵੋ ਪੈਟਰੋ ਨਾਂ ਦਾ ਪ੍ਰੈਜ਼ੀਡੈਂਟ ਬਣਿਆ ਹੈਗਾ। ਉਹਨਾਂ ਉਹ ਇੱਕ ਬਹੁਤ ਪ੍ਰੋਮੀਨੈਂਟ ਰੈਬਲ ਲੀਡਰ ਰਹੇ ਨੇ। ਉਹਨਾਂ ਨੇ ਫਾਰਕ ਇੱਕ ਰੈਵੋਲੂਸ਼ਨਰੀ ਵਿੰਗ ਹੈਗਾ ਕੋਲੰਬੀਆ ਦੇ ਵਿੱਚ, ਉਸ ਦੇ ਉਹ ਗੁਰੀਲਾ ਗਰੁੱਪ ਦੇ ਲੀਡਰ ਰਹੇ ਨੇ। ਉਹਦੇ ਰਾਹੀਂ ਜਦੋਂ ਪੋਲੀਟੀਕਲ ਪ੍ਰੋਸੈਸ ਦੇ ਵਿੱਚ ਆਏ ਨੇ ਤਾਂ ਹੁਣ ਉਹ ਕੋਲੰਬੀਆ ਦੇ ਵਿੱਚ ਗਸਤਾਵੋ ਪੈਟਰੋ ਪ੍ਰੈਜ਼ੀਡੈਂਟ ਨੇ। ਇਸ ਤਰ੍ਹਾਂ ਜਿਹੜੀ ਲੈਟਿਨ ਅਮੈਰੀਕਾ ਦਾ ਜਿਹੜਾ ਸੀਨ ਆ ਉਹ ਬੜਾ ਮਤਲਬ ਕਿ ਡਰਾਸਟਿਕਲੀ ਚੇਂਜ ਹੋਇਆ ਫਰੋਮ ਅਲਟਰਾ ਰਾਈਟ ਵਿੰਗਰਸ ਤੋਂ ਹੁਣ ਲੋਕਾਂ ਦੀ ਲੈਫਟਿਸਟ ਖਿਆਲ ਵਾਲੇ ਲੋਕ ਅੱਗੇ ਆਏ, ਜਿਨ੍ਹਾਂ ਦੇ ਨਾਵਾਂ ਦੇ ਨਾਲ ਉਹਨਾਂ ਦੇ ਕੰਮਾਂ ਦੇ ਰਾਹੀਂ ਇਹ ਜੁੜਿਆ ਹੋਇਆ ਕਿ ਉਹ ਹਮੇਸ਼ਾ ਪ੍ਰੋ ਪੀਪਲ ਰਹੇ ਨੇ, ਇਕੁਐਲਿਟੀ ਦੇ ਮਦਈ ਰਹੇ ਨੇ। ਕਿਉਂਕਿ ਬਹੁਤ ਇਹਨਾਂ ਲੰਮੇ ਸਮੇਂ ਵਿੱਚ ਲੈਟਿਨ ਅਮੈਰੀਕਾ ਵਿੱਚ ਬਹੁਤ ਇਨਇਕੁਐਲਿਟੀ ਆ ਗਈ ਸੀ। ਲੋਕਾਂ ਦੇ ਜਿਹੜੇ ਵਿੱਤੀ ਸਾਧਨ ਸੀਗੇ ਕਿਸੇ ਕੋਲ ਬਹੁਤ ਜ਼ਿਆਦਾ ਆ, ਜਿਹੜੇ ਆਮ ਲੋਕਾਂ ਕੋਲ ਉਹ ਸਾਧਨ ਹੈ ਨਹੀਂ ਸੀਗੇ। ਇਸ ਲਈ ਲੋਕ ਆਸ ਕਰਦੇ ਆ ਕਿ ਇਹਨਾਂ ਰਾਹੀਂ ਸ਼ਾਇਦ ਅਸੀਂ ਉਹ ਗੈਪ ਘਟਾ ਸਕੀਏ। ਥੈਂਕ ਯੂ। ਠੀਕ ਹੈ ਸਰ, ਥੈਂਕ ਯੂ ਸੋ ਮੱਚ ਤੁਸੀਂ ਸਾਡੇ ਨਾਲ ਜੁੜੇ। ਪਰ ਮੈਂ ਇੱਕ ਆਖਰੀ ਬੇਨਤੀ ਤੁਹਾਨੂੰ ਕਰਨਾ ਚਾਹਾਂਗੀ ਕਿ ਪੰਜਾਬ ਦੀ ਨੌਜਵਾਨੀ ਦੇ ਲਈ, ਕਿਉਂਕਿ ਤੁਹਾਨੂੰ ਸੁਣਦੇ ਨੇ, ਤੁਹਾਨੂੰ ਫੋਲੋ ਕਰਦੇ ਨੇ, ਇੱਕ ਆਖਰੀ ਸੁਨੇਹਾ, ਕਿਉਂਕਿ ਹਰ ਇੱਕ ਘਟਨਾ ਨੂੰ ਫਿਰਕੂ ਰੰਗਤ ਦੇਣੀ ਜਾਂ ਇੰਨੇ ਕੁ ਇਨਸੈਂਸਿਟਿਵ ਹੋ ਜਾਣਾ ਕਿ ਚਾਹੇ ਕਿੰਨੀ ਵੀ ਗਲਤ ਉਹਨਾਂ ਦੇ ਬਿਆਨ ਹੁੰਦੇ ਸੀਗੇ, ਪਰ ਉਹਨਾਂ ਦੀ ਮੌਤ ਦੇ ਉੱਤੇ ਇਸ ਚੀਜ਼ ਨੂੰ ਇੱਕ ਤਰ੍ਹਾਂ ਦੇ ਨਾਲ ਇਸ ਐਂਗਲ ਤੋਂ ਲੈਣਾ ਕਿ ਆਪਾਂ ਨੂੰ ਖੁਸ਼ੀ ਹੋਈ ਹੋਵੇ, ਇਹ ਇੱਕ ਬਹੁਤ ਹੀ ਠੰਡਾ ਜਿਹਾ ਰਿਸਪੋਂਸ ਲੱਗਦਾ ਔਰ ਪੰਜਾਬ ਦੇ ਵੱਲੋਂ ਉਮੀਦ ਨਹੀਂ ਕੀਤੀ ਜਾਂਦੀ ਹੈਗੀ। ਔਰ ਖਾਸ ਤੌਰ 'ਤੇ ਮੈਂ ਦੇਖਿਆ ਕਿ ਫੇਸਬੁੱਕ, ਇੰਸਟਾਗ੍ਰਾਮ ਹਰ ਜਗ੍ਹਾ ਦੇ ਉੱਤੇ ਜਿਹੜਾ ਨੌਜਵਾਨ ਸੈਕਸ਼ਨ ਹੈ ਉਹਨਾਂ ਵੱਲੋਂ ਇੱਕ ਤਰ੍ਹਾਂ ਦੇ ਨਾਲ ਬੜੇ ਠੰਡੇ ਜਿਹੇ ਦਿਲ ਵਾਲੇ ਹੋ ਗਏ ਨੇ ਕਿ ਵਧੀਆ ਹੋਇਆ ਨਫ਼ਰਤੀ ਭਾਸ਼ਣ ਦਿੰਦੇ ਸੀ ਸੋ ਅਕਲ ਸਿਖਾ ਦਿੱਤੀ, ਸੂਰੀ ਨੂੰ ਸੂਰ ਕਹਿਣਾ ਇਹ ਬਹੁਤ ਹੀ ਗਲਤ ਰਿਸਪੋਂਸ ਪੰਜਾਬ ਦੀ ਨਿਗਾਹ ਤੋਂ ਹੈ, ਕੀ ਕਹੋਗੇ ਸਰ? ਜਿਹੜਾ ਨਾ ਮਾਲਕਮ ਐਕਸ ਬੜਾ ਪ੍ਰੋਮੀਨੈਂਟ ਮਤਲਬ ਕਿ ਅਮੈਰੀਕਾ ਦੇ ਵਿੱਚ ਬਲੈਕ ਦਾ ਲੀਡਰ ਹੋਇਆ, ਹੀ ਵਾਸ ਕਿਲਡ ਇਨ 1968, ਉਹਨੂੰ ਅਸੈਸੀਨੇਟ ਕਰਦਾ ਸੀ। ਉਹਨਾਂ ਨੇ ਆਪਣੇ ਦੋ ਅੱਖਰ ਲਿਖੇ ਸੀ ਬਹੁਤ ਵਧੀਆ, ਜਿਹੜੇ ਅੱਜ ਆਪਣੇ 'ਤੇ ਬਹੁਤ ਟੁੱਕਦੇ ਨੇ, ਕਿ ਲੋਕਾਂ ਨੂੰ ਚੁਕੰਨੇ ਰਹਿਣਾ ਚਾਹੀਦਾ, ਰਿਐਕਸ਼ਨਰੀ ਪੋਲੀਟਿਕਸ ਤੋਂ ਬਚ ਕੇ ਰਹਿਣਾ ਚਾਹੀਦਾ, ਲੋਕਾਂ ਨੂੰ ਇਸ ਤਰ੍ਹਾਂ ਦਾ ਸੰਦਰਭ ਬੁਣਨਾ ਚਾਹੀਦਾ ਤਾਂ ਕਿ ਉਹ ਜਿਹੜੀ ਰਿਐਕਸ਼ਨਰੀ ਥੋਟ ਦੇ ਪਿੱਛੇ ਜਿਹੜੀਆਂ ਥੋਟਸ ਨੇ ਉਹਨਾਂ ਬਾਰੇ ਸਮਝ ਸਕਣ। ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜੇ ਤੁਸੀਂ ਚੁਕੰਨੇ ਨਾ ਹੋਏ ਨਾ ਤਾਂ ਤੁਹਾਨੂੰ ਇਹ ਜਾਪਣ ਲੱਗ ਜਾਣਾ, ਜਿਵੇਂ ਆਪਣੇ ਅੱਗੇ 84 ਦੀ ਪੀੜ ਆ, ਕਿ ਜਿਹੜੇ ਬੰਦਿਆਂ 'ਤੇ ਜ਼ੁਲਮ ਹੋਇਆ ਜਾਂ ਜਿਨ੍ਹਾਂ 'ਤੇ ਜ਼ੁਲਮ ਹੋ ਰਿਹਾ ਉਹਨਾਂ ਪ੍ਰਤੀ ਆਪਾਂ ਨੂੰ ਨਫ਼ਰਤ ਆਉਣ ਲੱਗ ਜਾਂਦੀ ਆ, ਅਤੇ ਜਿਹੜੇ ਜ਼ੁਲਮ ਕਰ ਰਹੇ ਹੁੰਦੇ ਆ ਉਹ ਸਾਡੀ ਮੁਹੱਬਤ ਪਾਉਣ ਦੇ ਕਾਬਲ ਹੋ ਜਾਂਦੇ ਆ। ਇਸ ਤਰ੍ਹਾਂ ਦੀ ਜਿਹੜੀ ਸੋਚ ਆ ਨੈਰੇਟਿਵ, ਇਹ ਮੈਂ ਤਾਂ ਕਹਿ ਰਿਹਾ ਕਿਉਂਕਿ ਅੱਜ ਵੀ ਜਦੋਂ ਮੈਂ ਸੀਨ 'ਤੇ ਦੇਖਦਾ ਕੁਛ ਇੱਦਾਂ ਦੇ ਸਿੱਖ ਲੀਡਰਸ ਜਿਹੜੇ ਕਿ ਉਸ ਟਾਈਮ 'ਤੇ HKL ਭਗਤ, ਜੋ ਵਨ ਆਫ ਦਾ ਪ੍ਰਾਈਮ ਅਕਿਊਜ਼ਡ ਆ ਸਿੱਖ ਕਾਰਨੇਜ ਦੇ ਵਿੱਚ, ਹੁਣ ਤਾਂ ਉਹਦੀ ਡੈਥ ਹੋ ਚੁੱਕੀ ਆ, ਯੂਨੀਅਨ ਮਿਨਿਸਟਰ ਵੀ ਰਿਹਾ, ਉਹਨਾਂ ਦੇ ਲਈ ਉਹਨਾਂ ਦੇ ਸਹਾਇਕ ਰਹੇ ਨੇ, ਉਹਨਾਂ ਦੀ ਉਹਨਾਂ ਨੇ ਇੱਥੋਂ ਤੱਕ ਫੇਵਰ ਕੀਤੀ ਸੀ ਕਿ ਸਿੱਖਾਂ ਕੌਮ ਦੇ ਜਿਹੜੇ ਪੀੜਤ ਸੀ ਉਹਨਾਂ ਦੇ ਐਫੀਡੇਵਿਟ ਤੱਕ ਇਹਨਾਂ ਨੇ ਬਦਲਤੇ ਸੀ ਤਾਂ ਕਿ ਪ੍ਰੋਟੈਕਟ ਕੀਤਾ ਜਾਵੇ HKL ਭਗਤ। ਅੱਜ ਉਹ ਸਿੱਖ ਪੋਲੀਟਿਕਸ ਵਿੱਚ ਪ੍ਰੋਮੀਨੈਂਟਲੀ
ਤੁਸੀਂ ਦਿੱਲੀ 'ਚ ਜਾ ਕੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਚਿਹਰੇ ਦੇਖੋ ਬੰਦਿਆਂ ਦੇ, ਵੀ ਉਹ ਕੌਣ ਬੰਦੇ ਨੇ। ਇਹ ਚੁਕੰਨੇ ਹੋਣਾ ਪਊਗਾ। ਰਿਐਕਸ਼ਨਰੀ ਥੋਟਸ ਆਲਵੇਜ਼ ਸਟੇਟ ਨੂੰ ਸੂਟ ਕਰਦੀ ਹੈਗੀ ਆ, ਤਾਂ ਕਿ ਉਹ ਐਨਮੀਸ ਕ੍ਰੀਏਟ ਕੀਤੇ ਜਾਣ, ਲੋਕਾਂ ਵਿੱਚ ਫੇਅਰ ਸਾਈਕੋਸਿਸ ਕ੍ਰੀਏਟ ਕੀਤਾ ਜਾਵੇ, ਜਿਸ ਬਾਰੇ ਨੌਜਵਾਨੀ ਨੂੰ ਬਹੁਤ ਗੌਰ ਨਾਲ ਪੜ੍ਹਨਾ ਚਾਹੀਦਾ। ਉਹਨਾਂ ਨੂੰ ਮਾਲਕਮ ਐਕਸ ਦੀਆਂ ਲਾਈਨਾਂ ਜ਼ਰੂਰ ਪੜ੍ਹ ਲੈਣੀਆਂ ਚਾਹੀਦੀਆਂ ਕਿ ਅਵੇਅਰਨੈਸ ਦੇ ਨਾਲ ਆਪਾਂ ਇਨ ਬਿਟਵੀਨ ਦਾ ਲਾਈਨਸ ਦਾ ਜੋ ਸਬਜੈਕਟ ਆ ਉਹਨੂੰ ਆਪਾਂ ਸਮਝ ਸਕਾਂਗੇ। ਜੀ ਸਰ, ਧੰਨਵਾਦ ਸਰ, ਆਪਣਾ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਰ। ਥੈਂਕ ਯੂ।